याद करूगी मैनू जद कोई बाला प्यार करू, याद करूगी मैनू जद कोई बाला प्यार करू। ਤੁਹਾਡਾ ਕੋਈ ਉਸਤਾਦ ਨਹੀਂ ਰਿਹਾ ਹੈਗਾ, ਫਿਰ ਤੁਸੀਂ ਆਪਣੇ ਆਪ ਨੂੰ ਕਿਵੇਂ ਪੋਲਿਸ਼ ਕੀਤਾ? ਮੈਨੂੰ ਲੱਗਦਾ ਜੋ ਰੱਬ ਕਰਦਾ ਚੰਗਾ ਕਰਦਾ, ਤੁਰਨ ਬੈਠਾ ਹੈ ਨਾ, ਸਾਲ ਬਾਅਦ ਆਉਣਾ ਗਾਣਾ ਕਰ ਦੇਣਾ। ਆਉਣ ਵਾਲੇ 5 ਸਾਲਾਂ ਦੀ ਮੈਂ ਵੀਡੀਓ ਸੋਚੀ ਬੈਠਾ ਹੁੰਦਾ ਕਿ ਮੈਂ ਇੱਦਾਂ ਦੀ ਵੀਡੀਓ ਕਰਨੀ ਆ ਜ਼ਿੰਦਗੀ 'ਚ। ਹੁੰਦਾ ਨਹੀਂ ਕਲਾਕਾਰ ਗਾਣਿਆਂ ਨੂੰ ਭੱਜ ਕੇ ਪੈਂਦਾ, ਮੈਂ ਉਹਨਾਂ 'ਚੋਂ ਨਹੀਂ ਬਾਹਲਾ ਹੈਗਾ ਕਿ ਅੱਛਾ ਗਾਣਾ ਸੁਣਿਆ ਆ ਵੀ ਮੈਨੂੰ ਦੇ ਦੇ ਆ ਵੀ ਮੈਨੂੰ ਦੇ। ਮਨਿੰਦਰ ਕੋਲ ਪ੍ਰੋਗਰਾਮ ਵੀ ਬਹੁਤ ਘੱਟ ਰਹਿੰਦੇ ਨੇ ਕਿ ਇਹਨਾਂ ਗਾਣਿਆਂ ਕਰਕੇ। ਪਹਿਲਾਂ ਸਭ ਤੋਂ ਪਹਿਲਾਂ ਗਾਣਾ ਆਪਣੇ ਲਈ ਬਣਾਉਣਾ, ਵੀਡੀਓਜ਼ ਦੀ ਬਜਟ ਦੀ ਕਦੇ ਵੀ ਕਮੀ ਨਹੀਂ ਆਈ। ਅਸੀਂ ਖੁਸ਼ਕਿਸਮਤ ਆ ਜਿਹੜੇ ਇਸ ਟਾਈਮ ਗਾ ਰਹੇ ਹਾਂ, ਕਿਤੇ ਨਾ ਕਿਤੇ ਪਹੁੰਚਣ ਦਾ ਲਾਲਚ ਉਹਨਾਂ ਤੋਂ ਗਲਤ ਕੰਮ ਕਰਾ ਜਾਂਦਾ। ਪਰ ਖੁਸ਼ ਹੋ ਜਦ ਕੋਈ ਪੈਸੇ ਵਾਲਾ ਪਿਆਰ ਕਰੂ, ਯਾਰੀ ਬੜੀ ਸੌਖੀ ਤੋੜ ਗਈ। ਨਿਊਜ਼ ਨੰਬਰ ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਆਪ ਸਭ ਨੂੰ। ਪਿਆਰ ਭਰੀ ਸਤਿ ਸ਼੍ਰੀ ਅਕਾਲ, ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਦੋਸਤੋ, ਅੰਗਰੇਜ਼ੀ ਦੀ ਇੱਕ ਬੜੀ ਸੋਹਣੀ ਕਹਾਵਤ ਹੈ ਕਿ ਸਲੋ ਐਂਡ ਸਟੱਡੀ ਵਿਨ ਦਾ ਰੇਸ। ਸੋ ਅੱਜ ਦੇ ਜਿਹੜੇ ਸਾਡੇ ਕਲਾਕਾਰ ਤੁਹਾਡੇ ਰੂਬਰੂ ਹੋਣ ਲੱਗੇ ਨੇ, ਉਹ ਇਸ ਗੱਲ 'ਚ ਬੜਾ ਯਕੀਨ ਰੱਖਦੇ ਨੇ ਕਿ ਹੌਲੀ ਚੱਲੋ, ਕੰਮ ਵਧੀਆ ਕਰਦੇ ਜਾਓ। ਅਤੇ ਉਹਨਾਂ ਦੇ ਗਾਣਿਆਂ, ਉਹਨਾਂ ਦੇ ਗੀਤਾਂ ਤੋਂ ਇਲਾਵਾ ਉਹਨਾਂ ਦਾ ਜੋ ਸ਼ਰਮੀਲਾ ਸੁਭਾਅ ਹੈ, ਉਹਦੇ ਕਰਕੇ ਵੀ ਲੋਕ ਉਹਨਾਂ ਨੂੰ ਬੜਾ ਪਸੰਦ ਕਰਦੇ ਨੇ। ਬਹੁਤ ਹੀ ਗਿਣੇ ਚੁਣੇ ਜਿਹੜੇ ਗਾਣੇ ਉਹਨਾਂ ਦੇ ਹੁਣ ਤੱਕ ਇੰਡਸਟਰੀ ਦੇ ਵਿੱਚ ਆਏ ਨੇ। 2014 ਦੇ ਵਿੱਚ ਉਹਨਾਂ ਦਾ ਗਾਣਾ ਆਇਆ ਸੀ, ਯਾਰੀ ਬੜੀ ਸੌਖੀ ਤੋੜ ਗਈ, ਮਨਿੰਦਰ ਬੁੱਟਰ ਹੋਰਾਂ ਦੀ ਆਪਾਂ ਗੱਲ ਕਰ ਰਹੇ ਹਾਂ। ਸੋ ਉਸ ਗਾਣੇ ਤੋਂ ਬਾਅਦ ਅੱਜ 4-5 ਸਾਲ ਹੋ ਚੁੱਕੇ ਨੇ, 2018 ਦੇ ਵਿੱਚ ਅਸੀਂ ਬੈਠੇ ਹਾਂ। ਅਤੇ ਉਹਨਾਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਗਾਣਾ ਭਾਵੇਂ ਟਾਈਮ ਬਾਅਦ ਕੱਢਿਆ ਜਾਵੇ, ਪਰ ਉਹ ਕੱਢਿਆ ਜਾਵੇ ਜਿਹੜਾ ਕਿ ਹਰ ਵਰਗ ਦੇ ਸਰੋਤੇ ਨੂੰ, ਹਰ ਵਰਗ ਦੇ ਦਰਸ਼ਕ ਨੂੰ ਪਸੰਦ ਆਵੇ। ਸੋ ਅੱਜ ਸਾਡੇ ਨਾਲ ਨੇ ਉਹਨਾਂ ਦਾ ਨਵਾਂ ਗੀਤ 10 ਮਾਰਚ ਨੂੰ ਰਿਲੀਜ਼ ਹੋਇਆ ਕਾਲੀ ਹਮਰ, ਅਤੇ ਮਨਿੰਦਰ ਬੁੱਟਰ ਹੋਰਾਂ ਦੇ ਨਾਲ ਅੱਜ ਆਪਾਂ ਗੱਲਬਾਤ ਕਰਦੇ ਹਾਂ। ਭਾਜੀ ਸਤਿ ਸ਼੍ਰੀ ਅਕਾਲ, ਕਿੱਦਾਂ? ਨਿਊਜ਼ ਨੰਬਰ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਸੁਭਾ ਸੁਭਾ ਆਉਣ ਦਾ। ਕਾਲੀ ਹਮਰ ਗੀਤ ਤੁਹਾਡਾ ਆ, ਉਹਦੇ ਲਈ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਬਹੁਤ ਸੋਹਣਾ ਗੀਤ ਹੈ, ਦੀਪ ਚੰਡੂ ਜਿਹੜੇ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਆਰਟਿਸਟਾਂ ਦੇ ਲਈ ਲੱਕੀ ਚਾਮ ਵਜੋਂ ਜਾਣੇ ਜਾਂਦੇ ਨੇਗੇ, ਅਤੇ ਉਹਨਾਂ ਦੇ ਮਿਊਜ਼ਿਕ ਦੇ ਵਿੱਚ ਇਹ ਗਾਣਾ ਰਿਲੀਜ਼ ਹੋਇਆ। ਸੋ ਉਹਦੇ ਲਈ ਤੁਹਾਨੂੰ ਬਹੁਤ ਮੁਬਾਰਕਾਂ, ਅਤੇ ਓਵਰਆਲ ਬਹੁਤ ਚੰਗਾ ਰਿਸਪੋਂਸ ਚੱਲ ਰਿਹਾ ਵਾ, ਅਤੇ ਖੁਦ ਇਸ ਗਾਣੇ ਨੂੰ ਲੈ ਕੇ ਤੁਸੀਂ ਕਿੰਨੇ ਕੁ ਐਕਸਾਈਟਿਡ ਸੀਗੇ? ਕਿਉਂਕਿ ਜਿਹੜੀ ਤੁਹਾਡੀ ਇਮੇਜ ਬਣੀ ਹੋਈ ਹੈ ਇੰਡਸਟਰੀ ਦੇ ਵਿੱਚ, ਉਹ ਹੈਗੀ ਆ ਰੋਮੈਂਟਿਕ ਸੈਡ ਗੀਤਾਂ ਵਾਲੀ, ਹੈ ਨਾ? ਉਸ ਤੋਂ ਪਹਿਲਾਂ ਜਿਹੜਾ ਆਇਆ ਸੀਗਾ ਗੱਲ ਗੋਰੀ, ਹੈ ਨਾ, ਉਹਦੇ ਨਾਲ ਤੁਸੀਂ ਬੀਟ ਸੌਂਗ, ਉਹ ਬੀਟ ਸੀਗਾ ਜੀ, ਇਹ ਡਿਫਰੈਂਟ ਬੀਟ ਆ। ਅੱਛਾ, ਉਹ ਜਾਨੀ ਕਿ ਪੈਪੀ ਡਾਂਸ ਟਰੈਕ ਸੀਗਾ, ਇਹ ਥੋੜਾ ਜਿਹਾ ਹਿਪ ਹੌਪ ਕਰਨੀ ਜਾਂਦਾ ਥੋੜਾ ਜਿਹਾ, ਪਰ ਹੈਪੀ ਰਾਏਕੁੱਟੀ ਦਾ ਵੀ ਮੈਨੂੰ ਲੱਗਦਾ ਇੱਦਾਂ ਦਾ ਪਹਿਲਾਂ ਦਾ ਗਾਣਾ ਹੋਊਗਾ ਜੀ, ਬਹੁਤ ਡਿਫਰੈਂਟ ਲਿਖਿਆ, ਬਹੁਤ ਸੋਹਣਾ ਲਿਖਿਆ ਉਹਨੇ, ਮੇਰਾ ਵੀ ਇੱਦਾਂ ਦਾ ਪਹਿਲਾਂ ਗਾਣਾ ਜੀ। ਵੈਸੇ ਜਦੋਂ ਮੈਂ ਤੁਹਾਡੇ ਬਾਰੇ ਸਰਚ ਕਰ ਰਹੀ ਸੀਗੀ ਯੂਟਿਊਬ 'ਤੇ, ਬਹੁਤ ਸਾਰੇ ਕਮੈਂਟਸ ਇੱਦਾਂ ਦੇ ਸੀ ਕਿ ਤੁਸੀਂ ਬਹੁਤ ਸ਼ਾਈ ਹੋ, ਇਸੇ ਕਰਕੇ ਅਸੀਂ ਤੁਹਾਨੂੰ ਬੜਾ ਪਸੰਦ ਕਰਦੇ, ਤੁਸੀਂ ਬਹੁਤ ਹੰਬਲ ਹੋ ਨਾ, ਪਰ ਤੁਹਾਡੀ ਲੁੱਕ ਆ ਜਿਹੜੀ ਉਹ ਪੂਰੀ ਯੰਕੀ ਟਾਈਪ ਆ। ਲੁੱਕ ਤਾਂ ਜਿਵੇਂ ਆਪਾਂ ਵੱਡੇ ਹੁੰਦੇ ਜਾਂਦੇ ਹਾਂ ਨਾ, ਆਪਾਂ ਨੂੰ ਥੋੜ੍ਹੀ ਥੋੜ੍ਹੀ ਅਕਲ ਆਉਂਦੀ ਜਾਂਦੀ, ਕੱਪੜਿਆਂ ਦੀ ਮੈਨੂੰ ਸ਼ੁਰੂ ਤੋਂ ਕੱਪੜਿਆਂ ਦਾ ਹੀ ਸ਼ੌਂਕ ਆ, ਪਰ ਸੁਭਾਅ ਮੇਰਾ ਸੱਚੀ ਛਾਏ ਹੈਗਾ ਯਾਰ, ਸੁਭਾਅ ਜੀ ਠੀਕ ਹੈ, ਮੈਨੂੰ ਵਧੀਆ ਲੱਗਦਾ ਇੱਦਾਂ ਹੀ ਚੁੱਪ ਰਹਿ ਕੇ ਕਿਸੇ ਨੂੰ ਸੁਣਨਾ, ਵਧੀਆ ਲੱਗਦਾ ਜੀ। ਬਿਲਕੁਲ, ਉਹਦੇ ਨਾਲ ਤੁਹਾਡੇ ਅੰਦਰ ਥੋੜ੍ਹੇ ਠਹਿਰਾਵ ਵੀ ਰਹਿੰਦੇ ਆ, ਜਿੰਨੀ ਤੁਸੀਂ ਚੁੱਪ ਰਹਿ ਕੇ ਜੋ ਚੀਜ਼ਾਂ ਓਬਜ਼ਰਵ ਕਰਦੇ ਹੋ, ਤੁਹਾਨੂੰ ਥੋੜ੍ਹਾ ਸਹਿਜ ਵੀ ਕਰ ਦਿੰਦੀਆਂ ਨੇਗੀਆਂ, ਅਤੇ ਉਹ ਤੁਹਾਡੇ ਪ੍ਰੋਫੈਸ਼ਨ ਦੇ ਲਈ ਤਾਂ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਬੈਨੀਫਿਸ਼ੀਅਲ ਚੀਜ਼ ਹੋ ਜਾਂਦੀ ਹੈ ਨਾ। ਅਤੇ ਕਾਲੀ ਹਮਰ ਦੀਆਂ 2 ਲਾਈਨਾਂ ਹੋ ਜਾਣ, ਇਸ ਤੋਂ ਅੱਗੇ ਫਿਰ ਆਪਾਂ ਗੱਲ ਕਰਦੇ ਹਾਂ। ਗੱਡੀ ਦੇ ਸ਼ੀਸ਼ੇ ਕਾਲੇ ਕੀਤੇ ਮੇਰੀ ਸ਼ੋਨੇ, ਹਾਈ ਪਫਲ ਰਿਮ ਉੱਤੋਂ ਕੀਤੇ ਲੋਨੇ, ਜੱਟਾਂ ਦੇ ਮੁੰਡੇ ਥੋੜੇ ਬੋਲਣੇ ਚਲੋਨੇ, ਤੇ ਤੇਜ ਗੱਡੀਆਂ ਪਰ ਚੱਲਦੇ ਸਲੋਨੇ। ਥੈਂਕ ਯੂ ਸੋ ਮਚ, ਬਹੁਤ ਸੋਹਣਾ ਗੀਤ ਹੈ। ਅੱਜ ਇਸ ਗਾਣੇ ਦੇ ਨਾਲ ਸਵਾਬ ਬਣਿਆ ਕਿ ਤੁਹਾਡੇ ਨਾਲ, ਹੈ ਨਾ, ਮੁਲਾਕਾਤ ਕੀਤੀ ਜਾਵੇ, ਅਤੇ ਇਸ ਬਹਾਨੇ ਆਪਾਂ ਥੋੜ੍ਹੀਆਂ ਪਿਛਲੀਆਂ ਗੱਲਾਂ ਵੀ ਕਰਾਂਗੇ, ਕਦੋਂ ਤੁਹਾਡਾ ਸਟਾਰਟ ਹੋਇਆ ਸੀਗਾ, ਹੈ ਨਾ। 5-6 ਸਾਲ ਦੀ ਉਮਰ ਦੇ ਵਿੱਚ ਇਹ ਪਹਿਲੀ ਵਾਰੀ ਆਪਣੇ ਮਦਰ ਦੇ ਨਾਲ ਉਹਨਾਂ ਦੇ ਸਕੂਲ ਗਏ ਸੀਗੇ, ਗਵਰਨਮੈਂਟ ਟੀਚਰ ਰਹੇ ਨੇ ਇਹਨਾਂ ਦੇ ਮਦਰ, ਅਤੇ ਹੁਣ ਵੀ ਹੋਣਗੇ ਜੀ। ਉਹਨਾਂ ਦੇ ਨਾਲ ਇੱਕ ਵਾਰੀ ਸਕੂਲ ਗਏ ਸੀਗੇ, ਜਿੱਥੇ ਇਹਨਾਂ ਨੇ ਆਪਣੀ ਇੱਛਾ ਜ਼ਾਹਿਰ ਕੀਤੀ ਕਿ ਮੈਂ ਵੀ ਸਟੇਜ 'ਤੇ ਗਾਉਣਾ, ਪਰ ਇਹਨਾਂ ਦੇ ਮਦਰ ਨੂੰ ਨਹੀਂ ਪਤਾ ਸੀਗਾ। ਉੱਥੇ ਇਹਨਾਂ ਨੇ ਗੀਤ ਗਾਏ ਸੀ, ਨੰਨਾ ਮੁੰਨਾ ਰਾਹੀ ਹੂੰ ਤੇਜ ਕਾ ਸਿਪਾਹੀ ਹੋਣਾ। ਸੋ ਉਸ ਨੰਨੇ ਮੁੰਨੇ ਰਾਹੀ ਤੋਂ ਲੈ ਕੇ ਕਾਲੀ ਹਮਰ ਤੱਕ ਦਾ ਸਫ਼ਰ, ਭਾਵੇਂ ਗੀਤ ਤੁਸੀਂ ਬਹੁਤ ਘੱਟ ਕੀਤੇ ਨੇ, ਪਰ ਤੁਸੀਂ ਲੱਕੀ ਰਹੇ ਹੋ ਕਿ ਜਿੰਨਾ ਕੰਮ ਤੁਸੀਂ ਇੰਡਸਟਰੀ 'ਚ ਰਹਿ ਕੇ ਕੀਤਾ ਸਾਰਾ ਸੁੱਪ ਟੁੱਪ ਹੇਠ ਰਿਹਾ, ਹੈ ਨਾ। ਸੋ ਤੁਹਾਡੇ ਲਈ ਇਹ ਜਰਨੀ ਕਿਵੇਂ ਦੀ ਰਹੀ ਆ? ਬਹੁਤ ਹੀ ਵਧੀਆ ਰਹੀ ਆ ਮੈਮ, ਹਾਲਾਂਕਿ ਵਿੱਚ ਦੀ ਤਾਂ ਇੱਦਾਂ ਵੀ ਟਾਈਮ ਆਇਆ ਸੀ ਕਿ
ਇੱਕ ਛੋਟਾ ਜਿਹਾ ਬੱਚਾ ਹੈ ਉਹਨੇ ਸੋਚ ਲਿਆ ਤੁਸੀਂ ਮੇਰੀ ਕਦੇ ਸੁਣਿਆ ਹੋਣਾ, ਮੇਰੀ ਇੰਟਰਵਿਊ ਦੇਖੀ ਹੋਣੀ, ਆਹੀ ਨੰਨਾ ਮੁੰਨਾ ਰਾਹੀ ਵਾਲੀ, ਮਤਲਬ ਛੋਟੇ ਜਿਹੇ ਬੱਚੇ ਨੇ ਸੋਚ ਲਿਆ ਕਿ ਮੈਂ ਗਾਉਣਾ ਆ। ਚਲੋ ਪੜ੍ਹੀ ਜਾਂਦਾ ਪੜ੍ਹੀ ਜਾਂਦਾ, ਫਿਰ ਬੱਬਰ ਰਾਏ ਵੀਰੇ ਦੇ ਬਹੁਤ ਗਾਣੇ ਹਿੱਟ ਹੁੰਦੇ ਸੀ ਯੂਟਿਊਬ 'ਤੇ, ਹੈ ਨਾ, ਫਿਰ ਉਹਨਾਂ ਨੂੰ ਦੇਖ ਕੇ ਮੈਨੂੰ ਲੱਗਦਾ ਮੇਰੇ 'ਚ ਵਧੀਆ ਆਇਆ ਹੋਇਆ ਕਿ ਮੈਂ ਬਾਹਰ ਜਾਵਾਂ, ਆਪਣੇ ਪੈਸੇ ਕਮਾਵਾਂ, ਆਪਣੀ ਐਲਬਮ ਕਰਾਂ। ਫਿਰ ਬਾਹਰ ਲਈ ਅਪਲਾਈ ਕੀਤਾ, ਅਪਲਾਈ ਕੀਤਾ, ਮੇਰਾ ਦੋ ਤਿੰਨ ਜਗ੍ਹਾ ਤੋਂ ਰਿਫਿਊਜ਼ ਹੋ ਗਿਆ ਸੀ ਉਦੋਂ। ਮੈਂ ਬੜਾ ਰੱਬ ਨੂੰ ਕੋਸਿਆ ਕਿ ਯਾਰ ਰੱਬਾ ਇੱਕੋ ਚੀਜ਼ ਇੱਥੋਂ ਮੰਗੀ ਸੀ ਉਹ ਪੂਰੀ ਨਹੀਂ ਹੋਈ, ਹੁਣ ਮੈਂ ਸਿੰਗਰ ਨਹੀਂ ਬਣ ਸਕਦਾ, ਇੰਡੀਆ 'ਚ ਨਹੀਂ ਹੋ ਸਕਦਾ ਕੁਛ, ਮੈਂ ਕਿੱਥੋਂ ਕਰੂੰਗਾ, ਕੀ ਕਰੂੰਗਾ। ਮੈਨੂੰ ਲੱਗਦਾ ਜੋ ਰੱਬ ਕਰਦਾ ਚੰਗਾ ਕਰਦਾ, ਸ਼ਾਇਦ ਜੇ ਮੈਂ ਬਾਹਰ ਚੱਲ ਜਾਂਦਾ ਤਾਂ ਹੁਣ ਤੱਕ ਪੀ ਆਰ ਲਈ ਉੱਥੇ ਦਿਹਾੜੀਆਂ ਕਰਨੀਆਂ ਸੀ, ਮੈਂ ਪੀ ਆਰ ਲਈ ਮਿਹਨਤਾਂ ਕਰਨੀਆਂ ਸੀ, ਗਾਣਾ ਸ਼ਾਇਦ ਹਜੇ ਤੱਕ ਹੋ ਵੀ ਨਾ ਪਾਉਂਦਾ। ਸੋ ਜੋ ਰੱਬ ਨੇ ਕੀਤਾ ਵਧੀਆ ਕੀਤਾ, ਬਹੁਤ ਵਧੀਆ ਸਫ਼ਰ ਆ, ਚਾਹੇ ਮੈਂ ਗਾਣੇ ਘੱਟ ਕੀਤੇ ਆ ਪਰ ਵਧੀਆ ਕੀਤੇ ਆ। ਮੈਨੂੰ ਕਈ ਵਾਰ ਘਰਦੇ ਵੀ ਕਹਿੰਦੇ ਤੂੰ ਕਿੱਦਾਂ ਦਾ, ਵੀ ਕਿੱਦਾਂ ਦੀ ਸੋਚ ਆ ਤੇਰੀ, ਕਿਉਂ ਲੇਟ ਕਰਦਾ। ਸੋ ਮੇਰੇ ਦਿਮਾਗ 'ਚ ਚੱਲ ਰਿਹਾ ਵੀ ਮੈਂ ਕੀ ਕਰਨਾ ਕੀ ਨਹੀਂ ਕਰਨਾ, ਵੀ ਇਹ ਨਹੀਂ ਕਿ ਡੁੰਨ ਬੈਠਾ ਹੈ ਨਾ, ਸਾਲ ਬਾਅਦ ਆਉਣਾ ਗਾਣਾ ਕਰ ਜਾਣਾ, ਪਰ ਮੇਰੇ ਦਿਮਾਗ 'ਚ ਮੇਰਾ ਹਰ ਇੱਕ ਪਲਾਨ ਹੈਗਾ ਆ ਕਿ ਮੈਂ ਕੀ ਕਰਨਾ ਕੀ ਨਹੀਂ ਕਰਨਾ, ਕਿਹੋ ਜਿਹਾ ਕਰਨਾ। ਆਉਣ ਵਾਲੇ 5 ਸਾਲਾਂ ਦੀ ਮੈਂ ਵੀਡੀਓ ਸੋਚੀ ਬੈਠਾ ਹੁੰਦਾ ਕਿ ਮੈਂ ਇੱਦਾਂ ਦੀ ਵੀਡੀਓ ਕਰਨੀ ਯਾਰ ਜ਼ਿੰਦਗੀ 'ਚ ਕਦੇ। ਹਾਲਾਂਕਿ ਉਹ ਇੱਦਾਂ ਦੀ ਵੀਡੀਓਜ਼ ਨੇ, ਸ਼ਾਇਦ ਪੰਜਾਬੀ ਮਿਊਜ਼ਿਕ ਇੰਡਸਟਰੀ ਨਾ ਦੇਖੇ, ਇਹ ਨਹੀਂ ਕਿ ਕੋਈ ਲੱਚਰ ਲੁੱਚਰ ਨਹੀਂ ਹੈਗੀ, ਪਰ ਉਹ ਸੋਚ ਉੱਪਰ ਦੀ ਆ ਨਾ ਉਹ, ਪਰ ਕਰੂੰਗਾ ਜ਼ਰੂਰ ਮੈਂ। ਕਈ ਵੀਡੀਓਜ਼ ਇੱਦਾਂ ਦੀਆਂ ਹੁੰਦੀਆਂ ਜਿਹੜੀਆਂ ਮੈਂ ਸੋਚਦਾ ਕਿ ਹਾਂ ਮੈਂ ਇੱਦਾਂ ਦਾ ਕਰਨਾ ਚਾਹੁੰਦਾ। ਅਰਵਿੰਦਰ ਖਹਿਰਾ ਹੈ ਨਾ ਵੀਡੀਓ ਡਾਇਰੈਕਟਰ, ਬੈਸਟ ਵੀਡੀਓ ਡਾਇਰੈਕਟਰ ਆ ਪੰਜਾਬ ਦਾ ਆਪਣੇ ਦਾ, ਫਿਰ ਉਹ ਮੈਨੂੰ ਕਹਿੰਦਾ ਹੁੰਦਾ ਵੀ ਹਾਂ ਬਹੁਤ ਘੈਂਟ ਚੀਜ਼ ਆਪਾਂ ਕਰਾਂਗੇ, ਪਰ ਇੱਥੇ ਦੇਖਣਾ ਕਿਹਨੇ ਆਹ ਚੀਜ਼ਾਂ, ਪਰ ਅਸੀਂ ਪੱਕਾ ਦੋਨੇ ਆਣੇ ਕਦੇ ਕਰਾਂਗੇ ਇਦਾਂ ਜੀ। ਜੀ ਆਪਾਂ ਜਦੋਂ ਤੁਹਾਡੇ ਬਾਰੇ ਜਾਣਦੇ ਇਹ ਵੀ ਪਤਾ ਲੱਗਦਾ ਕਿ ਤੁਸੀਂ ਪੜ੍ਹਾਈ 'ਚ ਬੜੇ ਠੀਕ ਠਾਕ ਦੇ ਸੀ, ਹੈ ਨਾ, 10ਵੀਂ ਤੱਕ ਤੁਸੀਂ ਪੜ੍ਹਾਈ ਕੀਤੀ ਤੇ ਕਾਲਜ ਯੂਨੀਵਰਸਿਟੀ ਜਾਣ ਦਾ ਮੌਕਾ ਤੁਹਾਨੂੰ ਨਹੀਂ ਮਿਲਿਆ, ਪਰ ਤੁਹਾਡੀ ਮਦਰ ਜਿਹੜੀ ਗਵਰਨਮੈਂਟ ਟੀਚਰ ਸੀਗੀ ਉਹ ਜਿਵੇਂ ਦਾ ਪੇਰੈਂਟਸ ਮੰਨੇ ਕਿਵੇਂ, ਮੰਨੇ ਕਿਵੇਂ? ਮੈਂ ਛੋਟੇ ਹੁੰਦੇ ਹੀ ਮਤਲਬ ਇੱਕ ਮੈਂ ਲਾਡਲਾ ਆ, ਹੈ ਨਾ, ਦੋ ਭੈਣਾਂ ਮੇਰੇ, ਛੋਟੇ ਹੁੰਦੇ ਪੇਰੈਂਟਸ ਨੂੰ ਇੱਕੋ ਗੱਲ ਕਹਿ ਰਿਹਾ ਕਿ ਮੈਂ ਗਾਉਣਾ ਆ ਐਂਡ ਬਿਲੀਵ ਕਰੋ ਮੈਂ ਵਧੀਆ ਕਰੂੰਗਾ ਜੋ ਕੁਛ ਕਰੂੰਗਾ। ਉਹਨਾਂ ਨੇ ਮੇਰੇ 'ਤੇ ਬਿਲੀਵ ਕੀਤਾ ਐਂਡ ਉਹ ਖੁਸ਼ ਨੇ, ਹੁਣ ਭੈਣਾਂ ਬਹੁਤ ਖੁਸ਼ ਨੇ, ਖੁਸ਼ ਹਾਂ ਮੈਂ ਵੀ। ਜੀ ਪਰ ਤੁਸੀਂ ਕਿਸੇ ਜਿਵੇਂ ਆਪਾਂ ਕਹਿੰਦੇ ਹੁੰਦੇ ਨੇ ਕਿ ਜਦੋਂ ਤੁਸੀਂ ਕਿਸੇ ਫੀਲਡ ਦੇ ਵਿੱਚ ਆ ਜਾਂਦੇ ਹੋ ਆਪਣੇ ਆਪ ਨੂੰ ਹੋਰ ਨਿਖਾਰਨ ਦੇ ਲਈ, ਬੰਦੇ ਉਸਤਾਦ ਵੀ ਧਾਰਦੇ ਨੇ, ਪਰ ਤੁਹਾਡਾ ਕੋਈ ਉਸਤਾਦ ਨਹੀਂ ਰਿਹਾ ਹੈਗਾ, ਫਿਰ ਤੁਸੀਂ ਆਪਣੇ ਆਪ ਨੂੰ ਕਿਵੇਂ ਪੋਲਿਸ਼ ਕੀਤਾ? ਪੋਲਿਸ਼ ਮੈਮ ਆਪੇ ਪੰਗੇ ਲੈ ਕੇ, ਜਿਵੇਂ ਪਹਿਲੀ ਵਾਰ ਜਿੱਦਣ ਜ਼ਿੰਦਗੀ 'ਚ ਗਾਇਆ ਸੀ ਉੱਦਣ ਵੀ ਮੈਨੂੰ ਕਿਸੇ ਨੂੰ ਕਾਪੀ ਕਰ ਰਿਹਾ ਸੀ ਮੈਂ, ਕੋਈ ਫੰਕਸ਼ਨ ਦੀ ਤਿਆਰੀ ਕਰ ਰਹੀ ਸੀ ਬੱਚੇ, ਮੈਂ ਉਹਨਾਂ ਨੂੰ ਦੇਖ ਰਿਹਾ, ਓਕੇ ਦੇਖ ਰਿਹਾ ਦੇਖ ਰਿਹਾ, ਫਿਰ ਬੈਕ ਸਟੇਜ ਜਾ ਕੇ ਜਿੱਦਾਂ ਜਾ ਕੇ ਗਾਣਾ ਗਾਤਾ। ਸੋ ਜਿਹੜਾ ਬੰਦਾ ਆਪ ਪੋਲਿਸ਼ ਹੁੰਦਾ ਨਾ ਮੈਮ ਬਹੁਤ ਅੱਗੇ ਨਿਕਲਦਾ, ਮੈਂ ਨਹੀਂ ਕਹਿੰਦਾ ਕਿ ਮੈਂ ਬਹੁਤ ਅੱਗੇ ਨਿਕਲ ਗਿਆ, ਪਰ ਹਾਂ ਸਿੱਖਣਾ ਚਾਹੀਦਾ ਆ ਮੇਰੇ ਲਈ। ਮੈਨੂੰ ਲੱਗਦਾ ਠੀਕ ਆ, ਮੈਂ ਜੋ ਕਰ ਰਿਹਾ ਠੀਕ ਕਰ ਰਿਹਾ, ਆਪੇ ਬਹੁਤ ਪੰਗੇ ਲੈਂਦਾ ਮੈਮ। ਅੱਜ ਕੱਲ੍ਹ ਤਾਂ ਬਹੁਤ ਵਧੀਆ ਚੀਜ਼ ਆ ਗਈ, ਯੂਟਿਊਬ ਆ ਗਈ, ਜੋ ਮਰਜ਼ੀ ਕਰ ਲਓ ਤੁਸੀਂ, ਘਰ ਬਹਿ ਕੇ ਜੋ ਮਰਜ਼ੀ ਸਿੱਖ ਲਓ, ਵਧੀਆ ਚੀਜ਼ ਆ। ਜੀ ਅਤੇ ਪੰਜਾਬੀ ਇੰਡਸਟਰੀ ਦੇ ਵਿੱਚ ਜਦੋਂ ਆਪਾਂ ਦੇਖਦੇ ਤਾਂ ਇਸ ਟਾਈਮ ਜਿਹੜਾ ਜਾਨੀ ਉਹਨਾਂ ਦੇ ਗਰੁੱਪ ਦਾ ਪੂਰਾ ਦਬਦਬਾ, ਹੈ ਨਾ, ਭਾਵੇਂ ਉਹ ਸੁੱਖੀ ਦੀ ਗੱਲ ਕਰ ਲਈਏ, ਬੀ ਪ੍ਰਾਕ ਦੀ ਗੱਲ ਕਰ ਲਈਏ, ਅਰਵਿੰਦਰ ਖਹਿਰਾ ਦੀ ਗੱਲ ਕਰ ਲਈਏ, ਹੈ ਨਾ, ਜਾਂ ਜਾਨੀ ਦੇ ਲਿਰਿਕਸ ਇਸ ਵੇਲੇ ਚੱਲ ਰਹੇ ਨੇਗੇ, ਤੁਹਾਡੀ ਵੀ ਬੜੀ ਗੂੜੀ ਉਹਨਾਂ ਦੇ ਨਾਲ ਫਰੈਂਡਸ਼ਿਪ ਆ, ਪਰ ਜਾਨੀ ਦੇ ਨਾਲ ਤੁਸੀਂ ਬਹੁਤ ਥੋੜ੍ਹਾ ਕੰਮ ਕੀਤਾ, ਆਈ ਗੈਸ ਹੁਣ ਤੱਕ ਇੱਕੋ ਹੀ ਗਾਣਾ ਤੁਸੀਂ ਉਹਨਾਂ ਦਾ ਕੀਤਾ। ਨਹੀਂ ਮੈਂ ਉਹੀ ਅੱਜ ਦੱਸ ਰਿਹਾ ਕਿ ਵਿਆਹ ਦਾ ਵੀ ਉਹਨੇ ਐਂਡ ਵਾਲੀਆਂ ਚੀਜ਼ਾਂ ਲਿਖੀਆਂ ਸੀਗੀਆਂ, ਦੀਪਾ ਬੰਡਾਲਾ ਦਾ ਲਿਖਿਆ ਗਾਣਾ ਸੀਗਾ ਜਿਹਨੂੰ ਉਹਨਾਂ ਨੇ ਟੱਚ ਦਿੱਤਾ, ਉਹਨੂੰ ਥੋੜ੍ਹਾ ਇੱਕ ਦੋ ਲਾਈਨਾਂ ਜਾਨੀ ਨੇ ਕੀਤੀਆਂ। ਸੋ ਜਾਨੀ ਦਾ ਸ਼ੁਰੂ ਤੋਂ ਸਾਥ ਰਿਹਾ ਮੈਨੂੰ, ਪਰ ਉਹਦੇ ਸਾਰੇ ਗਾਣੇ ਮੈਂ ਸੁਣੇ ਹੁੰਦੇ ਆ, ਪਰ ਮੈਂ ਹੁੰਦਾ ਨਾ ਕਲਾਕਾਰ ਗਾਣਿਆਂ ਨੂੰ ਭੱਜ ਕੇ ਪੈਂਦਾ, ਮੈਂ ਉਹਨਾਂ 'ਚੋਂ ਨਹੀਂ ਬਾਹਲਾ ਹੈਗਾ ਕਿ ਅੱਛਾ ਗਾਣਾ ਸੁਣਿਆ ਆ ਵੀ ਮੈਨੂੰ ਦੇ ਦੇ, ਆ ਵੀ ਮੈਨੂੰ ਦੇ ਦੇ, ਮੈਨੂੰ ਐਵੇਂ ਜੋ ਮੇਰਾ ਉਹ ਮੇਰੇ ਕੋਲ ਆ ਹੀ ਜਾਣਾ। ਬਾਕੀ ਮੈਂ ਤਾਂ ਜਾਨੀ ਜਦੋਂ ਮੈਂ ਜਾਨੀ ਹਾਂ ਜਦੋਂ ਵੀ ਕੰਮ ਕਰਦਾ ਆਪ ਬਹਿਣਾ ਵੀ ਅੱਛਾ ਆਪਾਂ ਇੱਦਾਂ ਦਾ ਲਿਖਾਂਗੇ ਇੱਦਾਂ ਦਾ ਕਰਾਂਗੇ, ਤਾਂ ਫਿਰ ਕਰਦੇ ਰਹਿੰਦੇ ਹਾਂ ਪਲਾਨ। ਹੁਣ ਅਗਲੇ ਨੈਕਸਟ ਦੋਨੇ ਮੈਮ ਜਾਨੀ ਦੇ ਨੇ, ਤਾਂ ਪਿਛਲਾ ਜਾਨੀ ਦਾ ਸੀ, ਆਹ ਹੈਪੀ ਦਾ ਸਵਾਬ ਬਣ ਗਿਆ, ਕਿਤੇ ਗੱਲੀ ਤੋਂ ਬਾਅਦ ਹੈਪੀ ਦਾ ਗਾਣਾ ਆ ਗਿਆ। ਨਾਰਾਂ ਤੇ ਸਰਕਾਰਾਂ ਗੀਤ ਦੇ ਨਾਲ ਤੁਸੀਂ ਆਪਣੀ ਸ਼ੁਰੂਆਤ ਕੀਤੀ ਸੀ ਗਾਇਕੀ ਦੇ ਵਿੱਚ, ਉਸ ਤੋਂ ਬਾਅਦ ਕਾਫੀ ਟਾਈਮ ਤੁਹਾਡਾ ਗੈਪ ਰਿਹਾ, ਸਾਲ ਫੇਰ ਗੈਪ ਰਿਹਾ, ਸਾਲ ਸਾਲ ਦੇ ਰਿਹਾ ਜੀ। ਸ਼ੈਰੀਮਾਨ ਦਾ ਗੀਤ ਉਸ ਤੋਂ ਬਾਅਦ ਉਹਨਾਂ ਦੇ ਯਾਰ ਉਨਮੁੱਲੀ ਰੈਕਡਸ ਤੋਂ ਤੁਹਾਡਾ ਰਿਲੀਜ਼ ਹੁੰਦਾ, ਹੈ ਨਾ, ਯਾਰੀ ਬੜੀ ਸੌਖੀ ਤੋੜ ਗਈ, ਬਹੁਤ ਹਿੱਟ ਰਿਹਾ ਗਾਣਾ, ਜਿਹਨੇ ਤੁਹਾਨੂੰ ਮਨਿੰਦਰ ਬੁੱਟਰ ਲੋਕਾਂ ਦਾ, ਹਾਂ, ਗਾਇਕ ਬਣੇ, ਹੈ ਨਾ, ਤੁਸੀਂ ਤੁਹਾਡੀ ਪਹਿਚਾਣ ਬਣੀ। ਨਾਰਾਂ ਤੇ ਸਰਕਾਰਾਂ, ਹੈ ਨਾ, ਇਹ ਜਿਹੜੀ ਗਾਣਾ ਸੀਗਾ ਉਸ ਤੋਂ ਬਾਅਦ ਜਿਹੜਾ ਤੁਹਾਡਾ ਸਾਲ ਦਾ ਗੈਪ, ਇਹ ਸੋਚ ਤੁਹਾਡੀ ਸ਼ੁਰੂ ਤੋਂ ਹੀ ਸੀਗੀ ਕਿ ਮੈਂ ਜਿਹੜਾ ਗੈਪ ਪਾ ਕੇ ਕੰਮ ਕਰਨਾ, ਜਾਂ ਉਹ ਕੁਦਰਤੀ ਗੈਪ ਪੈ ਗਿਆ ਤੇ ਉਸ ਤੋਂ ਉਹ ਵਾਲਾ ਗੈਪ ਸੱਚੀ ਕੁਦਰਤੀ ਸੀਗਾ ਮੈਮ। ਉਦੋਂ ਮੈਂ ਤੇ ਸ਼ਹਿਰੀ ਵੀਰਾ ਇਕੱਠੇ ਰਹਿੰਦੇ ਹੁੰਦੇ ਸੀਗੇ, ਅੱਛਾ, ਤੇ ਉਹ ਟਾਈਮ 'ਚ ਮੈਂ ਬਹੁਤ ਕੁਝ ਸਿੱਖਿਆ, ਉਹ ਟਾਈਮ 'ਚ ਮੈਂ ਇਹ ਸਿੱਖਿਆ ਕਿ ਅੱਛਾ ਮੈਂ ਸ਼ਹਿਰੀ ਵੀਰੇ ਨਾਲ ਰਹਿੰਦਾ ਹੁੰਦਾ ਸੀ, ਫਿਰ ਸ਼ਹਿਰੀ ਵੀਰੇ ਨੂੰ ਹੋਰ ਵੀ ਸਿੰਗਰ ਮਿਲਣ ਆਉਂਦੇ ਰਹਿੰਦੇ ਹੁੰਦੇ ਸੀ, ਮੈਂ ਦੇਖਦਾ ਹੁੰਦਾ ਕਿ ਅੱਛਾ ਕਲਾਕਾਰ ਐਂ ਬਹਿੰਦੇ ਆ,
ਇੱਦਾਂ ਤੁਰਦੇ ਆ ਉਹ ਟਾਈਮ ਸ਼ਹਿਰੀ ਵੀਰੇ ਤੋਂ ਬਹੁਤ ਕੁਛ ਸਿੱਖਣ ਨੂੰ ਮਿਲਿਆ ਮੈਂ ਆਲਵੇਜ਼ ਸ਼ਹਿਰੀ ਵੀਰੇ ਨਾਲ ਮੈਨੂੰ ਲੱਗਦਾ ਮੈਂ ਸਾਲ ਡੇਢ ਸਾਲ ਹੋ ਗਿਆ ਗੱਲ ਨਹੀਂ ਕੀਤੀ ਪਰ ਆਲਵੇਜ਼ ਮੇਰੇ ਇੱਕ ਜ਼ਿਹਨ 'ਚ ਰਹਿੰਦਾ ਨਾ ਕਿ ਜੇ ਮੈਂ ਕੁਛ ਹੈਗਾ ਉਹ ਬੰਦੇ ਕਰਕੇ ਆ ਸੋ ਉਹ ਸੋਚਦਾ ਰਹਿੰਦਾ ਮੇਰੇ ਦਿਮਾਗ 'ਚ ਰਹਿੰਦਾ ਮੈਂ ਕਦੇ ਵੀ ਭੁੱਲ ਨਹੀਂ ਸਕਦਾ ਵੀ ਜੇ ਮੈਂ ਕੁਛ ਹੈਗਾ ਅੱਜ ਮੈਨੂੰ ਮੇਰਾ ਨਾਮ ਮਿਲਿਆ ਹਾਂ ਉਹ ਬੰਦੇ ਕਰਕੇ ਮਿਲਿਆ ਉਹਨੇ ਉਦੋਂ ਮੈਨੂੰ ਪਹਿਚਾਣ ਦਿੱਤੀ ਮੇਰੀ ਬਾਂਹ ਫੜੀ ਜਦੋਂ ਕੋਈ ਨਹੀਂ ਸੀ ਫੜਦਾ ਮਿਲਦਾ ਨਹੀਂ ਬਾਈ ਨਾਲ ਕਦੇ ਗੱਲ ਨਹੀਂ ਹੁੰਦੀ ਸਾਲ ਡੇਢ ਸਾਲ ਹੋ ਗਿਆ ਬਾਈ ਬਿਜ਼ੀ ਹੁੰਦਾ ਥੈਂਕ ਯੂ ਆਲਵੇਜ਼ ਸ਼ਰੀ ਬਾਈ ਜੀ ਇਸ ਗਾਣੇ ਦੀ ਦੋ ਲਾਈਨਾਂ ਹੋ ਜਾਣ ਕਿਉਂਕਿ ਇਸ ਗਾਣੇ ਨੇ ਤੁਹਾਨੂੰ ਇੱਕ ਖਾਸ ਥਾਂ ਦਿੱਤੀ ਇੰਡਸਟਰੀ ਦੇ ਵਿੱਚ ਯਾਦ ਕਰੂਗੀ ਮੈਨੂੰ ਜਦ ਕੋਈ ਬਾਲਾ ਪਿਆਰ ਕਰੂ ਯਾਦ ਕਰੂਗੀ ਮੈਨੂੰ ਜਦ ਕੋਈ ਬਾਲਾ ਪਿਆਰ ਕਰੂ ਪਰ ਖੁਸ਼ ਹੋਊ ਜਦ ਕੋਈ ਪੈਸੇ ਵਾਲਾ ਪਿਆਰ ਕਰੂ ਯਾਰੀ ਬੜੀ ਸੌਖੀ ਤੋੜ ਗਈ ਥੈਂਕ ਯੂ ਬਹੁਤ ਸੋਹਣਾ ਗੀਤ ਤੁਹਾਡੇ ਜਿਹੜੇ ਹੁਣ ਤੱਕ ਗਾਣੇ ਆਏ ਨੇ ਯਾਰਾਂ ਤੇ ਨਾਰਾਂ ਤੇ ਸਰਕਾਰਾਂ ਹਨਾ ਉਸ ਤੋਂ ਬਾਅਦ ਯਾਰੀ ਆਇਆ ਕਿਤੇ ਕੱਲੀ ਆਇਆ ਵਿਆਹ ਆਇਆ ਹਨਾ ਤੇ ਉਹ ਮਾਈ ਪਿਓ ਦੇ ਵਿੱਚ ਤੁਹਾਡਾ ਬਹੁਤ ਹੀ ਖੂਬਸੂਰਤ ਗਾਣਾ ਰਿਲੀਜ਼ ਹੋਇਆ ਹਨਾ ਇਹ ਸਾਰੇ ਹੁਣ ਤੱਕ ਤੁਸੀਂ ਸੈਡ ਰੋਮੈਂਟਿਕ ਚੱਲਦੇ ਆ ਰਹੇ ਸੀਗੇ ਪਰ ਜਿਹੜੇ ਅੱਜ ਕੱਲ੍ਹ ਦੇ ਆਰਟਿਸਟ ਨੇ ਉਹ ਵੀ ਇਹ ਜ਼ਰੂਰਤ ਫੀਲ ਕਰਦੇ ਨੇ ਕਿ ਅਗਰ ਤੁਸੀਂ ਇੰਡਸਟਰੀ 'ਚ ਟਿਕਣਾ ਕਿਉਂਕਿ ਕਮਾਈ ਹੈ ਜਿਹੜੀ ਤੁਹਾਨੂੰ ਪ੍ਰੋਗਰਾਮਾਂ ਤੋਂ ਨਿਕਲਣੀ ਹੈ ਹਨਾ ਸੋ ਪ੍ਰੋਗਰਾਮ ਦੇ ਲਈ ਤੁਹਾਡੇ ਕੋਲ ਜਿਹੜੇ ਬੀਟ ਸੌਂਗ ਹੋਣੇ ਚਾਹੀਦੇ ਨੇਗੇ ਤੁਹਾਨੂੰ ਨਹੀਂ ਕਦੇ ਜ਼ਰੂਰਤ ਫੀਲ ਹੋਈ ਮੈਂ ਇਹ ਵੀ ਸੁਣਿਆ ਕਿ ਮਨਿੰਦਰ ਕੋਲ ਪ੍ਰੋਗਰਾਮ ਵੀ ਬਹੁਤ ਘੱਟ ਰਹਿੰਦੇ ਨੇਗੇ ਇਹਨਾਂ ਗਾਣਿਆਂ ਕਰਕੇ ਵੀ ਉਹਨਾਂ ਦੇ ਗਾਣੇ ਬੀਟ ਨਹੀਂ ਬੜੇ ਸ਼ੋ ਆਉਂਦੇ ਨੇ ਪਰ ਮੈਂ ਲਾਏ ਨਹੀਂ ਮੈਂ ਮੇਲੇ ਬਹੁਤ ਘੱਟ ਲਾਉਣਾ ਮੈਂ ਪੰਜਾਬ ਸਾਈਡ ਮੈਂ ਬੜੇ ਘੱਟ ਮੇਲੇ ਲਾਏ ਨੇ ਮੈਂ ਆਪਣੀ ਲਾਈਫ ਨੂੰ ਬੜੇ ਕੂਲ ਜਿਹੇ ਤਰੀਕੇ ਨਾਲ ਜੀ ਰਿਹਾ ਮੈਂ ਹੁਣ ਥੋੜ੍ਹਾ ਜਿਹਾ ਐਕਟਿਵ ਹੋਇਆ ਕਿ ਹਾਂ ਯਾਰ ਹੁਣ 2 ਮਹੀਨੇ ਬਾਅਦ ਗਾਣਾ ਕਰਨਾ ਪੈਣਾ ਪਰ ਇਹ ਨਹੀਂ ਕਿ ਜੇ ਮੈਂ ਐਕਟਿਵ ਹੋਇਆ ਤਾਂ ਮੈਂ ਇੱਦਾਂ ਦਾ ਕੁਛ ਗਾਵਾਂ ਜਿਹੜਾ ਮੈਨੂੰ ਨਹੀਂ ਗਾਉਣਾ ਚਾਹੀਦਾ ਹਨਾ ਮੈਂ ਹਮੇਸ਼ਾ ਸੋਚ ਕੇ ਗਾਉਣਾ ਹੁੰਦਾ ਕਿ ਮੈਂ ਕਦੇ ਵੀ ਇਹ ਸੋਚ ਕੇ ਨਹੀਂ ਕਿ ਗਾਇਆ ਕਿ ਆਹ ਗਾਣਾ ਜਨਤਾ ਲਈ ਜਨਤਾ ਸੁਣੂਗੀ ਜ਼ਿਆਦਾ ਨੱਚੂਗੀ ਐਂ ਕਰੂਗੀ ਮੈਂ ਪਹਿਲਾਂ ਸਭ ਤੋਂ ਪਹਿਲਾਂ ਗਾਣਾ ਆਪਣੇ ਲਈ ਬਣਾਉਣਾ ਸਭ ਤੋਂ ਪਹਿਲਾਂ ਗਾਣਾ ਸਿਰਫ ਆਪਣੇ ਲਈ ਬਣਾਉਣਾ ਕਿ ਮੈਨੂੰ ਕੀ ਚੀਜ਼ ਵਧੀਆ ਲੱਗ ਰਹੀ ਆ ਇਹ ਨਹੀਂ ਦੇਖਦਾ ਕਿ ਅੱਜ ਕੱਲ੍ਹ ਕੀ ਚੱਲ ਰਿਹਾ ਫਿਰ ਜਦੋਂ ਜਾਂਦਾ ਮਾਰਕੀਟ 'ਚ ਫਿਰ ਜਨਤਾ ਸੁਣਦੀ ਹੈ ਫਿਰ ਉਹਨਾਂ ਦਾ ਗਾਣਾ ਪਰ ਇਹ ਨਹੀਂ ਸੋਚ ਕੇ ਬਣਾ ਰਹੇ ਅੱਛਾ ਆਹ ਚੱਲ ਰਿਹਾ ਤਾਂ ਅੱਜ ਕੱਲ੍ਹ ਆਪਾਂ ਆਹ ਬਣਾ ਲਈਏ ਅੱਛਾ ਆਹ ਹਥਿਆਰਾਂ 'ਤੇ ਗਾਣਾ ਚੱਲ ਰਿਹਾ ਤਾਂ ਆਪਾਂ ਆਹ ਬਣਾ ਲਈਏ ਠੀਕ ਹੈ ਚੱਲ ਰਿਹਾ ਮੈਂ ਪਰ ਕਿਤੇ ਨਾ ਕਿਤੇ ਉਹਦੇ ਨਾਲ ਇਹ ਨਹੀਂ ਹੁੰਦਾ ਕਿ ਤੁਹਾਡਾ ਆਡੀਅੰਸ ਦੇ ਨਾਲ ਇੱਕ ਰਾਬਤਾ ਜਿਹੜਾ ਕਲਾਕਾਰ ਦਾ ਉਹਦੇ ਗੀਤਾਂ ਦੇ ਰਾਹੀਂ ਹੀ ਹੁੰਦਾ ਆ ਤੇ ਜਦੋਂ ਤੁਹਾਡਾ ਇੰਨਾ ਲੰਬਾ ਗੈਪ ਰਹਿ ਜਾਂਦਾ ਤੁਹਾਡਾ ਉਹਨਾਂ ਦੇ ਨਾਲ ਕੋਈ ਗਲਤ ਗੱਲ ਹੈ ਮੈਂ ਤਾਂ ਮੈਂ ਖੁਦ ਕਹਿਣਾ ਵੀ ਗਲਤ ਗੱਲ ਹੈ ਸਾਲ ਸਾਲ ਤੱਕ ਕਦੇ ਵੀ ਨਹੀਂ ਹੋਣਾ ਚਾਹੀਦਾ ਹਾਂ 3-4 ਮਹੀਨੇ ਚੱਲਦੇ ਆ ਪਰ ਸਾਲ ਕਦੇ ਵੀ ਨਹੀਂ ਹੋਣਾ ਚਾਹੀਦਾ ਪਰ ਹੁਣ ਨਹੀਂ ਹੋਊਗਾ ਇਹਦਾ ਰੀਜ਼ਨ ਇਹ ਵੀ ਹੋ ਸਕਦਾ ਜਿਵੇਂ ਕੋਈ ਵੀ ਇੱਕ ਗਾਣਾ ਭਾਵੇਂ ਤੁਸੀਂ ਸਿੰਗਲ ਕਰ ਰਹੇ ਹੋ ਨਾ ਬਹੁਤ ਹਾਈ ਬਜਟ ਤੁਹਾਨੂੰ ਚਾਹੀਦਾ ਹੁੰਦਾ ਕਿਉਂਕਿ ਅੱਜ ਕੱਲ੍ਹ ਲਿਰਿਕਸ ਵੀ ਮਹਿੰਗੇ ਨੇ ਅਗਰ ਤੁਸੀਂ ਚੰਗੀ ਵੀਡੀਓ ਨਹੀਂ ਦਿੰਦੇ ਹੈਗੇ ਤਾਂ ਫਿਰ ਉਹ ਲਿਰਿਕਸ ਜਿਹੜੇ ਨੇ ਠੰਡੇ ਪੈ ਜਾਂਦੇ ਨੇ ਹਨਾ ਸੋ ਵੀਡੀਓ ਡਾਇਰੈਕਟਰ ਵੀ ਤੁਹਾਨੂੰ ਚੰਗਾ ਕਰਨਾ ਪੈਂਦਾ ਸੋ ਗਾਣਾ ਜਿਹੜਾ ਕੁੱਲ ਮਿਲਾ ਕੇ ਬਹੁਤ ਮਹਿੰਗਾ ਤਿਆਰ ਹੁੰਦਾ ਆ ਇਹ ਵੀ ਰਹਿੰਦਾ ਕਿ ਬਜਟ ਦੀ ਬਜਟ ਤਾਂ ਮੈਮ ਸਾਰੀਆਂ ਕੰਪਨੀਆਂ ਦੇ ਰਹੀਆਂ ਪਹਿਲੇ ਗਾਣੇ ਤੋਂ ਲੈ ਕੇ ਮੈਨੂੰ ਤਾਂ ਖੁਦ ਸਾਰੇ ਆਰਟਿਸਟ ਜਦੋਂ ਮਿਲਦੇ ਨੇ ਤਾਂ ਕਹਿੰਦੇ ਵੀ ਤੂੰ ਕਾਹਤੋਂ ਨਹੀਂ ਕਰਦਾ ਤੈਨੂੰ ਬਜਟ ਵੀ ਸਾਡੇ ਤੋਂ ਜ਼ਿਆਦਾ ਮਿਲੀ ਜਾਂਦਾ ਤੈਨੂੰ ਸਾਰਾ ਕੁਛ ਜ਼ਿਆਦਾ ਮਿਲੀ ਜਾਂਦਾ ਮੈਨੂੰ ਲੱਗਦਾ ਵੀ ਇੱਕ ਦੋ ਸਿੰਗਰ ਹੁੰਦੇ ਸੀ ਮੈਂ ਹਾਰਡਲੀ 2-3 ਨਿਆਣੇ ਇਹੋ ਜਿਹੇ ਹੁੰਦੇ ਸੀ ਜਿਨ੍ਹਾਂ ਦੀ ਵੀਡੀਓਜ਼ ਵਧੀਆ ਹੁੰਦੀਆਂ ਸੀਗੀਆਂ ਪਹਿਲਾਂ ਡਿਫਰੈਂਟ ਹੁੰਦੀਆਂ ਸੀ ਚਾਹੇ ਲੇਟ ਆਉਂਦੀਆਂ ਸੀ ਹਾਰਡਲੀ ਵੀ ਬਹੁਤ ਲੇਟ ਕਰਦਾ ਹੁੰਦਾ ਪਰ ਹੁਣ ਹਾਰਡਲੀ ਐਕਟਿਵ ਹੋ ਗਿਆ ਵੀਡੀਓਜ਼ ਦੀ ਬਜਟ ਦੀ ਕਦੇ ਵੀ ਕਮੀ ਨਹੀਂ ਆਈ ਐਂਡ ਕਦੇ ਬਸ ਆਪਣੀ ਮਸਤੀ 'ਚ ਹੀ ਲੇਟ ਹੁੰਦੇ ਆ ਮੈਮ ਜੀ ਕਿਉਂਕਿ ਜਦੋਂ ਤੁਹਾਡਾ ਗੱਲ ਗੋਰੀ ਰਿਲੀਜ਼ ਹੋਇਆ ਸੀ ਤਾਂ ਜੱਸੀ ਗਿੱਲ ਨੇ ਸਪੈਸ਼ਲੀ ਪਾਇਆ ਸੀ ਵੀ ਸ਼ੁਕਰ ਆ ਭਰਾ ਤੇਰਾ ਗਾ ਸੋ ਉਹ ਵੀ ਤੁਹਾਡੇ ਜਿਹੜੇ ਨਾਲ ਦੇ ਆਰਟਿਸਟ ਨੇ ਉਹ ਵੀ ਤੁਹਾਡੇ ਗਾਣੇ ਦੀ ਉਡੀਕ ਕਰਦੇ ਨੇ ਜਦੋਂ ਕੋਈ ਮਿਲਦਾ ਪੁਸ਼ ਕਰਦੇ ਨੇ ਜੱਸੀ ਵੀਰ ਆਲਵੇਜ਼ ਕਹਿ ਕੇ ਜਾਂਦਾ ਕਿ ਤੂੰ ਕਿਉਂ ਲੇਟ ਕਰਦਾ ਤੂੰ ਕਿਉਂ ਨਹੀਂ ਕਰਦਾ ਤੈਨੂੰ ਸਭ ਕੁਛ ਹੈਗਾ ਤੇਰੇ ਕੋਲ ਗਾਣੇ ਇਹ ਨਹੀਂ ਕਿ ਗਾਣੇ ਬਣੇ ਪਏ ਹੁੰਦੇ ਆ ਮੈਮ ਪਰ ਉਹਨਾਂ ਨੇ ਚੂਜ਼ ਕਰਦਾ ਕਰਦਾ ਅੱਛਾ ਐਕਟ ਆਹ ਕਰਾਂ ਜਾਂ ਨਾ ਕਰਾਂ ਆਹ ਕਰਾਂ ਜਾਂ ਨਾ ਕਰਾਂ ਸੋ ਇਸ ਚੀਜ਼ ਲੇਟ ਹੋ ਜਾਂਦਾ ਜੀ ਜਾਨੀ ਉਹਨਾਂ ਨੇ ਸ਼ਾਇਰ ਐਲਬਮ ਕੀਤੀ ਸੀ ਉਹਦੇ ਵਿੱਚ ਤੁਹਾਡਾ ਕਿਤੇ ਕੱਲੀ ਤੁਹਾਡਾ ਗਾਣਾ ਸੀ ਪਰ ਲਿਖਿਆ ਨਹੀਂ ਸ਼ਾਇਰ 'ਚ ਨਹੀਂ ਸੀਗਾ ਸ਼ਾਇਰ 'ਚ ਮੇਰਾ ਗਾਣਾ ਜਿਹੜਾ ਸੀਗਾ ਉਹ ਆਇਆ ਹੀ ਨਹੀਂ ਆਇਆ ਹੀ ਨਹੀਂ ਉਹ ਮੈਂ ਲੇਟ ਕਰਦਾ ਕਰਦਾ ਓਕੇ ਕਰਦੇ ਆ ਉਹ ਸੋਨੀ 뮤직 'ਚ ਆਈ ਸੀ ਐਲਬਮ ਐਂਡ ਟੀਜ਼ਰ ਦੇ ਵਿੱਚ ਮੈਂ ਹੈਗਾ ਆ ਫਿਰ ਉਹ ਗਾਣਾ ਮੈਂ ਸ਼ੂਟ ਕਰਦੇ ਆ ਉਹ ਹੋਇਆ ਹੀ ਨਹੀਂ ਉਹ ਹਜੇ ਵੀ ਉਦਾਂ ਪਿਆ ਹਜੇ ਵੀ ਸੋਨੀ 뮤직 ਵਾਲੇ ਮਿਲਦੇ ਆ ਕਿ ਆਪਾਂ ਗਾਣਾ ਕਰੀਏ ਕਦੋਂ ਕਰਨਾ ਤੂੰ ਕਿਉਂ ਨਹੀਂ ਕਰਦਾ ਵੀਡੀਓ ਦਿੰਦੇ ਤੂੰ ਵੀਡੀਓ ਕਰ ਫਿਰ ਉਹ ਹੋਏ ਨਹੀਂ ਗਾਣਾ ਉਸ ਟਾਈਮ ਜਾਨੀ ਨਾਲ ਮੇਰੀ ਗੱਲ ਹੋਈ ਸੀਗੀ ਤੇ ਉਹਨਾਂ ਦੇ ਲਈ ਐਲਬਮ ਕਹਿੰਦੇ ਹੁੰਦੇ ਨੇ ਕਿ ਲਾਈਫ ਬੰਦੇ ਦਾ ਇੱਕ ਡ੍ਰੀਮ ਹੁੰਦਾ ਨਾ ਡ੍ਰੀਮ ਪ੍ਰੋਜੈਕਟ ਸੀ ਤੁਸੀਂ ਕਿਉਂ ਢਿੱਲੇ ਪੈ ਗਏ ਅਗਲੇ ਦਾ ਡ੍ਰੀਮ ਪ੍ਰੋਜੈਕਟ ਪੂਰਾ ਹੋ ਜਾਣਾ ਸੀ ਬਸ ਐਵੇਂ ਮੈਂ ਉਦੋਂ ਆਪਣੇ ਇੱਧਰਲੇ ਗਾਣਾ ਕਰਨੀ ਪੈ ਗਿਆ ਸੀਗਾ ਸੋ ਉਹ ਗਾਣਾ ਹਜੇ ਵੀ ਪਿਆ ਮੈਨੂੰ ਹਜੇ ਵੀ ਮੈਨੂੰ ਲੱਗਦਾ ਮੈਂ ਕਰ ਦੇਣਾ ਸ਼ੂਟ ਜਦੋਂ ਕਰ ਸਕਦਾ
ਕਈ ਵਾਰੀ ਇੰਡਸਟਰੀ 'ਚ ਆਪਾਂ ਦੇਖਦੇ ਹਾਂ ਬਾਈ ਜੀ ਕਿ ਜਦੋਂ ਆਪਾਂ ਕਿਸੇ ਦੇ ਨਾਲ ਪੂਰੀ ਤਰ੍ਹਾਂ ਨਹੀਂ ਖੜਦੇ ਜਾਂ ਕਈ ਵਾਰ ਤੁਸੀਂ ਕਿਸੇ ਦੀ ਗੱਲ ਨਹੀਂ ਮੰਨਦੇ ਜਾਂ ਥੋੜ੍ਹੇ ਲੇਟ ਹੋ ਜਾਂਦੇ ਹੋ, ਬੰਦੇ ਤੁਹਾਡੇ ਤੋਂ ਪਰਿਆ ਹੋਣਾ ਸ਼ੁਰੂ ਹੋ ਜਾਂਦੇ ਹਾਂਜੀ ਨੇਗੇ, ਹੈ ਨਾ, ਪਰ ਫਿਰ ਵੀ ਤੁਹਾਡੇ ਗਰੁੱਪ ਦੀ ਜਿਹੜੀ ਇੰਨੀ ਅੰਡਰਸਟੈਂਡਿੰਗ ਬਣੀ ਹੋਈ ਆ, ਹਾਲੇ ਵੀ ਤੁਸੀਂ ਇਕੱਠੇ ਹੋ ਨਾ, ਭਾਵੇਂ ਜਾਨੀ ਦਾ ਡ੍ਰੀਮ ਪ੍ਰੋਜੈਕਟ ਸੀ ਪਰ ਉਹ ਐਲਬਮ 'ਚ ਤੁਹਾਡਾ ਗਾਣਾ ਨਹੀਂ ਰਿਲੀਜ਼ ਹੋਇਆ, ਉਹ ਹਜੇ ਵੀ ਕਦੇ ਕਦੇ ਲਾਂਭਾ ਦੇ ਜਾਂਦਾ, ਬਟ ਆਲਵੇਜ਼ ਸਪੋਰਟ ਕਰਦੇ ਨੇ ਸਾਰੇ। ਸਾਡੇ ਗਰੁੱਪ 'ਚ 5-10 ਜਾਣੀ ਆ ਜਿਹੜੇ ਅਸੀਂ ਇੱਕ ਦੂਜੇ ਨੂੰ ਬਹੁਤ ਸਪੋਰਟ ਕਰਦੇ ਹਾਂ। ਜਾਨੀ, ਖੈਰਾ, ਹਾਰਡੀ ਵੀਰਾ, ਜੱਸੀ ਵੀਰਾ, ਇਹ ਸਾਰੇ ਬਹੁਤ ਐਮੀ, ਸਾਰੇ ਵਧੀਆ ਸਪੋਰਟ ਕਰਦੇ ਨੇ ਮੈਨੂੰ। ਸ਼ੈਰੀ ਵੀਰਾ, ਸਾਰੇ ਵਧੀਆ ਜੀ। ਤੇ ਕਿਤੇ ਇਕੱਲੀ ਦੀਆਂ ਦੋ ਲਾਈਨਾਂ ਹੋ ਜਾਣ। ਹਾਂਜੀ। ਕਿਤੇ ਇਕੱਲੀ ਓ ਬੈ ਬੈ ਕੇ ਯਾਦ ਤਾਂ ਕਰਦੀ ਹੋਣੀ ਐ, ਕਿੰਨਾ ਮਰਦਾ ਸੀ ਉਹਦੇ ਤੇ ਯਾਦ ਕਰ ਮਰਦੀ ਹੋਣੀ ਐ। ਕਿਤੇ ਇਕੱਲੀ ਓ ਬਹਿ ਬਹਿ ਕੇ ਯਾਦ ਤਾਂ ਕਰਦੀ ਹੋਣੀ ਐ। ਤੁਸੀਂ ਆਪਣੇ ਹਰ ਗਾਣੇ ਦੇ ਵਿੱਚ ਖੁਦ ਫੀਚਰਿੰਗ ਕਰਦੇ ਹੋ, ਹੈ ਨਾ, ਤੇ ਮੈਂ ਵੀ ਸੁਣਿਆ ਸੀਗਾ ਕਿ ਤੁਹਾਨੂੰ ਕਈ ਮੂਵੀਜ਼ ਦੇ ਲਈ ਵੀ ਆਫਰ ਆਉਂਦੇ ਨੇਗੇ, ਹੈ ਨਾ, ਮੂਵੀਜ਼ ਦੇ ਲਈ ਕਿਉਂ ਨਹੀਂ ਤੁਸੀਂ? ਕਿਉਂਕਿ ਅੱਜ ਕੱਲ੍ਹ ਤਾਂ ਹਰ ਸਿੰਗਰ ਉਹਨਾਂ ਨੂੰ ਹੁੰਦਾ ਕਿ ਵਾਓ, ਮਤਲਬ ਠੀਕ ਹੈ, ਸਾਨੂੰ ਮੌਕਾ ਮਿਲੇ ਤੇ ਅਸੀਂ ਮੂਵੀ ਕਰੀਏ। ਇੱਥੇ ਤੁਹਾਡੇ ਪਹਿਲਾਂ ਵਾਲੇ ਕੁਐਸਚਨਾਂ ਦਾ ਵੀ ਆਇਆ ਆਨਸਰ, ਮੈਨੂੰ ਵਧੀਆ ਪੈਸੇ ਮਿਲਦੇ ਸੀ, ਮਤਲਬ ਇਨਫ ਪੈਸੇ ਜਿੰਨੇ ਕੁ ਇੱਕ ਬੰਦੇ ਨੂੰ ਲੋੜ ਹੁੰਦੀ ਹੈ, ਸਿੰਗਲ ਬੰਦੇ ਨੂੰ ਉਨੇ ਕੁ ਮਿਲਦੇ ਸੀ ਮੈਨੂੰ। ਮੈਂ ਮੂਵੀ ਕਰ ਲੈਂਦਾ, ਮੂਵੀ ਨਹੀਂ ਸੀ ਚੱਲਣੀ ਅਤੇ ਉਹ ਚੱਲੀ ਵੀ ਨਹੀਂ। ਮੈਨੂੰ 2-3 ਮੂਵੀ ਆਈਆਂ, ਸੱਚੀ ਨਹੀਂ ਮੈਮ, 3 ਨਹੀਂ ਚੱਲੀਆਂ। ਉਹ 'ਚ ਫਿਰ ਮੇਰਾ ਨੁਕਸਾਨ ਆ, ਪੈਸੇ ਦਾ ਕੀ ਕਰਨਾ, ਪੈਸਾ ਤਾਂ ਖਤਮ ਹੋ ਜਾਣਾ ਬਾਅਦ 'ਚ। ਸੋ ਮੈਨੂੰ ਘਰਦੇ ਵੀ ਕਈ ਵਾਰ ਕਹਿੰਦੇ ਹੁੰਦੇ ਵੀ ਤੂੰ ਕਿਹੜੀ ਮਿੱਟੀ ਦਾ ਬਣਿਆ, ਤੈਨੂੰ ਪੈਸੇ ਦੇ ਰਿਹਾ ਲੋਕ, ਤੂੰ ਪੈਸੇ ਕਿਉਂ ਲਈ ਜਾਂਦਾ। ਮੈਂ ਕਹਿੰਦਾ ਨਹੀਂ, ਮੈਂ ਆਪਣੇ ਬਾਰੇ ਸੋਚਿਆ ਹੋਇਆ ਮੈਂ ਕੀ ਕਰਨਾ ਲਾਈਫ, ਹਜੇ ਨਹੀਂ ਕਰਨੀ ਮੂਵੀ, ਹਜੇ ਨਹੀਂ ਕਰਨੀ, ਅਤੇ ਹਜੇ ਮੈਂ ਸੱਚੀ ਪਰਫੈਕਟ ਨਹੀਂ ਹੈਗਾ ਮੂਵੀ ਲਈ। ਮੈਂ ਜਦੋਂ ਕਰੂੰਗਾ ਵਧੀਆ ਕਰੂੰਗਾ, ਐਂਡ ਵਧੀਆ ਕਾਨਸੈਪਟ ਹੋਊਗਾ, ਇੰਡਸਟਰੀ 'ਚ ਸੱਚੀ ਪਹਿਲੀ ਵਾਰ ਆਇਆ ਹੋਊਗਾ ਜਿੱਦਣ ਕਰੂੰਗਾ, ਪਰ ਹਜੇ ਨਹੀਂ ਕਰੂੰਗਾ ਜੀ। ਜਦੋਂ ਅਸੀਂ ਕਈ ਵਾਰ ਕਿਸੇ ਆਰਟਿਸਟ ਨੂੰ ਸਵਾਲ ਕਰਦੇ ਹਾਂ ਕਿ ਤੁਸੀਂ ਅੱਜ ਤੋਂ ਆਪਣੇ ਆਪ ਨੂੰ 5 ਸਾਲਾਂ ਬਾਅਦ ਕਿੱਥੇ ਦੇਖਦੇ ਹਾਂ, ਤਾਂ ਕਈ ਵਾਰ ਕਿਸੇ ਦਾ ਜਵਾਬ ਹੁੰਦਾ ਕਿ ਮੈਂ ਇੱਥੇ ਦੇਖਦਾ, ਕਈ ਵਾਰ ਕਹਿ ਦਿੰਦੇ ਨੇ ਕਿ 5 ਸਾਲਾਂ ਦਾ ਕਿਹਨੂੰ ਪਤਾ ਦੁਨੀਆ ਕਿੱਥੇ ਹੋਣੀ ਹੈ ਨਾ, ਸੋ ਮੈਂ ਹਾਲੇ ਕੁਛ ਨਹੀਂ ਸੋਚਿਆ। ਪਰ ਤੁਸੀਂ ਕਹਿੰਦੇ ਹੋ ਕਿ ਆਉਣ ਵਾਲੇ ਜਿਹੜੇ 4 ਜਾਂ 5 ਸਾਲਾਂ ਦੇ ਲਈ ਵੀ ਗਾਣੇ ਤੁਹਾਡੇ ਦਿਮਾਗ ਦੇ ਵਿੱਚ ਰੈਡੀ ਪਏ ਹੋਣੇ ਕਿ ਤੁਸੀਂ ਅੱਗੇ ਕੀ ਕਰਨਾ ਹੈ, ਹੈ ਨਾ, ਅਤੇ ਉਹ ਟਾਈਮ ਕਿੱਦਾਂ ਦਾ ਹੋਊਗਾ ਜਾਂ ਕਿੱਦਾਂ ਦੇ ਉਹ ਗਾਣੇ ਹੋਣਗੇ? ਕਿਉਂਕਿ ਹੁਣ ਤੱਕ ਆ ਜਿਹੜਾ ਤੁਹਾਡਾ, ਹੁਣ ਲੋਕਾਂ ਨੇ ਤੁਹਾਡੇ ਸੈਡ ਰੋਮੈਂਟਿਕ, ਚਲੋ ਬੀਟ ਵੀ ਐਕਸੈਪਟ ਕੀਤੇ ਨੇਗੇ, ਹੈ ਨਾ, ਅਤੇ ਉਹ 5 ਸਾਲਾਂ ਬਾਅਦ ਕਿੱਦਾਂ ਦੇ ਗਾਣੇ ਆਉਣਗੇ, ਮਨਿੰਦਰ ਬੁੱਟਰ ਉਦੋਂ ਕੀ ਹੋਣਗੇ? ਮੈਂ ਮੇਰਾ ਇਹ ਸੋਚਣਾ ਆਇਆ ਕਿ ਬਾਲੀਵੁੱਡ ਆਪਾਂ ਨੂੰ ਨਹੀਂ ਸੀ ਸੁਣਦਾ, ਆਪਾਂ ਨੂੰ ਜਮਾਂ ਨਹੀਂ ਸੀ ਸੁਣਦਾ ਬਾਲੀਵੁੱਡ ਪਹਿਲਾਂ। ਪਿੱਛੇ 5 ਸਾਲਾਂ ਤੋਂ ਹਨੀ ਸਿੰਘ ਤੋਂ ਬਾਅਦ ਇੰਨਾ ਕੁ ਸੁਣਨ ਲੱਗੇ ਕਿ ਮੈਨੂੰ ਲੱਗਦਾ ਹਰ, ਮੈਂ ਪੌਂਡੀਚੇਰੀ ਸ਼ੂਟ ਕਰ ਰਿਹਾ ਸੀ ਵਿਆਹ ਗਾਣੇ ਦਾ, ਅੱਛਾ ਕਿ ਉਹਨਾਂ ਨੇ ਪੁੱਛਿਆ ਤੁਸੀਂ ਕਿੱਥੋਂ ਆਏ ਸੀਗਾ ਪੰਜਾਬ ਤੋਂ, ਉਹ ਅੱਗੋਂ ਹਨੀ ਸਿੰਘ ਇੱਦਾਂ ਬੋਲਦੇ ਸੀ, ਮਤਲਬ ਪੰਜਾਬ ਸੁਣ ਕੇ ਹੀ ਹੋਇਆ, ਮਤਲਬ ਅੱਛਾ ਹਨੀ ਸਿੰਘ, ਮਤਲਬ ਇੰਨਾ ਵਧੀਆ ਨਾਮ ਕਮਾਇਆ ਆਪਣੇ ਪੰਜਾਬੀਆਂ ਨੇ ਬਾਲੀਵੁੱਡ 'ਚ, ਹੁਣ ਹਰ ਬੰਦਾ ਜਾ ਰਿਹਾ ਆਪਣਾ ਪੰਜਾਬੀ, ਸੋ ਵੱਡੀ ਗੱਲ ਆ। ਅਤੇ ਨੈਕਸਟ ਸਟੈਪ ਇਹ ਹੈ ਕਿ ਆਪਣੇ ਪੰਜਾਬੀ ਹੁਣ ਹਾਲੀਵੁੱਡ 'ਚ ਜਾ ਰਹੇ ਨੇ, ਇੱਕ ਨਵ ਮੁੰਡਾ ਆਇਆ ਹੈ ਨਾ, ਉਹਨੂੰ ਵੀਕੈਂਡ ਨੇ ਉਹਨੂੰ ਸਾਈਨ ਕੀਤਾ, ਉਹਦੇ ਗਾਣੇ ਆਏ ਨੇ ਹਾਲੀਵੁੱਡ 'ਚ, ਵਧੀਆ ਨਾਮ ਆ ਉਹਦਾ। ਮੈਂ ਵੈਨਕੂਵਰ ਸ਼ੋਅ ਦੇਖਿਆ, ਮਤਲਬ ਭਰਿਆ ਹੋਇਆ ਸੀ ਫੁੱਲ ਸਟੇਡੀਅਮ, ਨਵ ਗਰਾਇਆ ਆ ਉਹ ਜੀ, ਪੰਜਾਬੀ ਮੁੰਡਾ ਆ, ਮਤਲਬ ਕਾਲਿਆਂ ਗੋਰਿਆਂ 'ਤੇ ਛਾਇਆ ਹੋਇਆ। ਮੈਨੂੰ ਇਹ ਲੱਗਦਾ ਅੱਜ ਤੋਂ 10-15 ਸਾਲ ਉਹ ਆਪਣੇ ਬੰਦੇ ਪੱਕਾ ਜਾਣਗੇ ਉੱਧਰਲੇ, ਜਿਵੇਂ ਜੰਡੂ ਵਰਗੇ ਬੈਠੇ ਨੇ ਕੈਨੇਡਾ, ਉਹਨਾਂ ਦੇ ਲਿੰਕ ਨੇ ਵਧੀਆ। ਸੋ ਵਧੀਆ ਗੱਲ ਆ, ਆਪਣੀ ਮਿਊਜ਼ਿਕ ਇੰਡਸਟਰੀ ਬਹੁਤ ਗਰੋ ਕਰ ਰਹੀ ਆ, ਜਿੱਦਾਂ ਕਿ ਤੁਸੀਂ ਦੇਖਿਆ ਹੋਣਾ ਜਿਵੇਂ ਭੋਜਪੁਰੀ ਆ ਸਾਰੇ, ਇਹਨਾਂ ਦੇ ਇਹਨਾਂ ਦਾ ਮਿਊਜ਼ਿਕ ਸਿਸਟਮ ਹਜੇ ਵੀ ਉੱਥੇ ਖੜਾ ਆ, ਪਰ ਆਪਣੀ ਮਿਊਜ਼ਿਕ ਇੰਡਸਟਰੀ ਨੇ ਬੜਾ ਗਰੋ ਕੀਤਾ ਮਿਊਜ਼ਿਕ ਦਾ ਨਾ। ਅੱਜ ਤਾਂ ਅੱਜ ਕੱਲ੍ਹ ਤਾਂ ਕੋਈ ਬਾਲੀਵੁੱਡ ਫਿਲਮ ਐਸੀ ਨਹੀਂ ਹੈਗੀ ਜਿਹਦੇ ਵਿੱਚ ਪੰਜਾਬੀ ਗਾਣਾ ਨਹੀਂ ਹੈਗਾ। ਕਿੱਡੇ ਪੁਰਾਣੇ ਅਮਰ ਅਰਸ਼ੀ ਹੋਰਾਂ ਦੇ ਗਾਣੇ ਚੱਕ ਚੱਕ ਕੇ ਉਹ ਪਾ ਰਹੇ ਨੇ, ਕਿੰਨਾ ਵਧੀਆ ਚੱਲ ਰਿਹਾ, ਹੰਸਾਜ ਹੋਰਾਂ ਦੇ ਗਾਣੇ ਆ ਰਹੇ ਨੇ ਗੇ ਫਿਲਮਾਂ। ਸੋ ਉਹੀ ਗੱਲ ਮੈਂ ਅਸੀਂ ਖੁਸ਼ ਕਿਸਮਤ ਆ ਜਿਹੜੇ ਇਸ ਟਾਈਮ ਗਾ ਰਹੇ ਆ, ਹਾਲਾਂਕਿ ਪਹਿਲਾਂ ਵਾਲੇ ਸਿੰਗਰ ਬਹੁਤ ਟੈਲੈਂਟਡ ਨੇ, ਸਾਡੇ ਤੋਂ ਬਹੁਤ ਜ਼ਿਆਦਾ ਟੈਲੈਂਟਡ ਨੇ, ਪਰ ਸਮਾਂ ਉਦੋਂ ਨਹੀਂ ਸੀ ਚਾਹੁੰਦਾ ਕਿ ਉਹ ਇੱਧਰ ਆਉਣ ਬਾਲੀਵੁੱਡ 'ਚ ਆਉਣ ਪੰਜਾਬੀ, ਹਾਲਾਂਕਿ ਸਾਡੇ ਤੋਂ ਬਹੁਤ ਜ਼ਿਆਦਾ ਟੈਲੈਂਟਡ ਨੇ ਮੈਮ। ਕਿਉਂਕਿ ਉਦੋਂ ਸੋਸ਼ਲ ਮੀਡੀਆ ਨਹੀਂ ਸੀਗਾ, ਮੇਨ ਗੱਲ ਨਹੀਂ ਸੀ, ਹੁਣ ਬੰਬੇ ਆ ਬੰਦਾ 2.5 ਘੰਟਿਆਂ 'ਚ ਬੰਬੇ ਪਹੁੰਚ ਜਾਂਦਾ, ਹਰ ਸਿੰਗਰ ਬੰਬੇ ਬੈਠਾ, ਉਦੋਂ ਸਾਧਨ ਇੰਨਾ ਨਹੀਂ ਸੀਗਾ, ਹੈ ਨਾ, ਬੰਦੇ ਨੇ ਜਿਹੜੀਆਂ ਟੇਪਸ ਨੇਗੀਆਂ, ਅੱਜ ਕੱਲ੍ਹ ਘੰਟਿਆਂ ਦੇ ਵਿੱਚ ਗਾਣਾ ਬਣ ਜਾਂਦਾ, ਤੇ ਉਦੋਂ ਦਿਨ ਲੱਗਦੇ ਹੁੰਦੇ ਸੀ, ਘੰਟਿਆਂ 'ਚ ਮੈਮ ਮਿਲੀਅਨ ਲਾਈਕਸ ਹੋ ਜਾਂਦੇ ਨੇ, ਕਿੱਥੇ ਕਿੱਥੇ ਚੱਲ ਜਾਂਦਾ ਗਾਣਾ, ਯੂਟਿਊਬ 'ਤੇ ਬੈਠਾ ਕਿੱਥੇ ਕਿੱਥੇ ਦੇਖ ਰਿਹਾ ਹੁੰਦਾ ਬੰਦਾ। ਸੋ ਸਾਡੀ ਖੁਸ਼ਕਿਸਮਤੀ ਆ ਕਿ ਸਾਨੂੰ ਟਾਈਮ ਇਹੋ ਜਿਹਾ ਮਿਲਿਆ ਕਿ ਬਾਲੀਵੁੱਡ ਸੁਣ ਰਿਹਾ, ਮਤਲਬ ਜੇ ਕਿਤੇ ਬਾਲੀਵੁੱਡ 'ਚ ਗੱਲ ਉਹ ਪੰਜਾਬੀ ਗਾਣੇ ਸਰਚ ਕਰਕੇ ਦੇਖਦੇ ਹੋਣੇ, ਕਿਉਂਕਿ ਅੱਜ ਕੱਲ੍ਹ ਆਪਣੇ ਇੰਨੇ ਗਾਣੇ ਚੱਲ ਰਹੇ ਨੇ ਉੱਧਰ। ਸੋ ਬਿਲਕੁਲ ਬਾਲੀਵੁੱਡ ਦੇ ਵਿੱਚ ਵੀ, ਜਾਂ ਮੈਂ ਪੰਜਾਬ ਦੇ ਕਈ ਪਿੱਛੇ ਜੇ ਸੀ ਮੈਕਲੋਡਗੰਜ ਗਏ, ਉੱਥੇ ਪੰਜਾਬੀ
ਮੈਂ ਕਹਿੰਦੀ 5% ਹੋਣੇ ਨੇਗੇ ਤਾਂ ਉੱਥੇ ਜਿਹੜਾ ਬੁੱਧੀਜ਼ਮ ਦਾ ਜ਼ਿਆਦਾ ਇੰਪੈਕਟ ਹੈਗਾ ਅਤੇ ਉੱਥੇ ਵੀ ਸਾਡੇ ਪੰਜਾਬੀ ਗਾਣੇ ਚੱਲ ਰਹੇ ਸੀਗੇ ਅਤੇ ਅਸੀਂ ਗੱਲ ਕਰ ਰਹੇ ਸੀ ਅੱਛਾ ਇੱਥੇ ਵੀ ਚੱਲਦੇ ਨੇ ਇੱਥੇ ਵੀ ਲੋਕ ਸੁਣਦੇ ਨੇਗੇ ਹੈ ਨਾ ਸੋ ਪੰਜਾਬੀ ਮਿਊਜ਼ਿਕ ਹੈ ਜਿਹੜਾ ਵਰਲਡ ਵਾਈਡ ਹੀ ਆ ਮਤਲਬ ਬਹੁਤ ਸੁਣਿਆ ਜਾਂਦਾ ਅੱਛਾ ਭਾਅ ਜੀ ਇੱਕ ਗੱਲ ਆ ਜਿਹੜੀ ਜਦੋਂ ਅਸੀਂ ਪੁਰਾਣੇ ਸਿੰਗਰਾਂ ਦੇ ਨਾਲ ਬੈਠਦੇ ਹਾਂ ਜਾਂ ਫਿਰ ਅਸੀਂ ਆਮ ਵੀ ਸੁਸਾਇਟੀ ਦੇ ਵਿੱਚ ਵਿਚਰਦੇ ਹਾਂ ਹੈ ਨਾ ਜਾਂ ਜਿਹੜੇ ਸਾਡੇ ਯੰਗਸਟਰ ਨੇ ਭਾਵੇਂ ਉਹ ਅੱਜ ਕੱਲ੍ਹ ਦੇ ਨੌਜਵਾਨ ਗਾਇਕਾਂ ਨੂੰ ਸੁਣਦੇ ਬਹੁਤ ਬਹੁਤ ਨੇ ਗੇ ਹੈ ਨਾ ਰੂਹ ਦੇ ਨਾਲ ਸੁਣਦੇ ਨੇ ਪਰ ਕਹਿ ਦਿੰਦੇ ਨੇ ਵੀ ਜਿਹੜੀ ਗੱਲ ਪੁਰਾਣੇ ਗਾਇਕਾਂ 'ਚ ਸੀਗੀ ਉਹ ਅੱਜ ਕੱਲ੍ਹ ਦੇ ਅੰਜ 'ਚ ਨਹੀਂ ਹੈਗੀ ਹੈ ਨਾ ਜਾਂ ਪੁਰਾਣੇ ਗਾਇਕ ਆ ਜਿਹੜੇ ਉਹ ਆਪਣੀ ਆਡੀਅੰਸ ਨੂੰ ਬੜਾ ਸਤਿਕਾਰ ਦਿੰਦੇ ਸੀ ਵੀ ਅੱਜ ਕੱਲ੍ਹ ਦੇ ਜਿਹੜੇ ਗਾਇਕ ਨੇ ਬੜੇ ਫੁਕਰੇ ਜਿਹੇ ਨੇ ਗੇ ਗੱਲ ਨਹੀਂ ਕਰਦੇ ਹੈਗੇ ਜਾਂ ਇੱਦਾਂ ਨਾ ਇਹ ਮਤ ਕਿਉਂਕਿ ਤੁਸੀਂ ਤਾਂ ਉਹਨਾਂ ਲੋਕਾਂ ਦੇ ਵਿੱਚ ਆਉਂਦੇ ਹੋ ਜਾਂ ਉਹਨਾਂ ਲੋਕਾਂ ਦੇ ਵਿੱਚ ਰਹਿੰਦੇ ਹੋ ਹੈ ਨਾ ਇਹ ਦੇਖਣ ਵਾਲਿਆਂ ਦੀ ਮੈਂਟੈਲਿਟੀ ਤੁਹਾਡੇ ਲਈ ਇੱਦਾਂ ਕਿਉਂ ਬਣੀ ਹੋਈ ਆ ਮੈਮ ਇੱਦਾਂ ਕਿ ਜੇ ਮੈਨੂੰ ਕੋਈ ਪੁਰਾਣਾ ਆਰਟਿਸਟ ਜਿੰਨੀ ਵਾਰ ਮਿਲਿਆ ਮਤਲਬ ਬੋਲ ਹੀ ਨਹੀਂ ਹੁੰਦਾ ਕਿਉਂਕਿ ਮੈਨੂੰ ਐਵੇਂ ਕੋਈ ਮੇਰੀ ਇਹੋ ਜਿਹੀ ਹਾਲਾਂਕਿ ਚਾਹੇ ਮੈਂ ਨੋਰਮਲੀ ਬੋਲਾਂ ਵੀ ਕੋਈ ਇਹੋ ਜਿਹੀ ਗੱਲ ਉਹਨਾਂ ਦੇ ਦਿਲ ਨੂੰ ਨਾ ਲੱਗ ਜਾਏ ਕਿ ਕੱਲ੍ਹ ਦਾ ਜਵਾਕ ਹੈ ਕਿੱਦਾਂ ਬੋਲਦਾ ਨਾ ਮੈਂ ਤਾਂ ਮੈਂ ਬੋਲਦਾ ਹੀ ਨਹੀਂ ਜ਼ਿਆਦਾ ਜਦੋਂ ਮਿਲਦਾ ਵਾ ਹੱਥ ਜੋੜ ਕੇ ਬੁਲਾਉਣਾ ਵਧੀਆ ਬੁਲਾਉਣਾ ਅਤੇ ਦੂਜੀ ਆ ਲੋਕਾਂ ਦੀ ਮੈਮ ਅਲੱਗ ਅਲੱਗ ਸੋਚਣੀ ਹੁੰਦੀ ਆ ਜਿਵੇਂ ਮੇਰਾ ਕਜ਼ਨ ਕਈ ਵਾਰ ਪੁੱਛਦੇ ਨੇ ਬਾਈ ਉਹ ਫਲਾਣਾ ਸਿੰਗਰ ਤੋਂ ਜਾਣਦਾ ਹੁਣ ਜਾਣਦੇ ਸਾਰੇ ਹੁੰਦੇ ਨੇ ਹਾਂ ਜਾਣਦਾ ਬਾਈ ਉਹ ਫੁਕਰਾ ਬਹੁਤ ਆ ਪਰ ਉਸ ਟਾਈਮ ਉਹ ਸਿੰਗਰ 'ਤੇ ਕੀ ਸਿਚੁਏਸ਼ਨ ਸੀ ਇਹ ਥੋੜ੍ਹੀ ਕਿਸੇ ਨੂੰ ਪਤਾ ਹੁਣ ਮੇਰੇ ਘਰੇ ਮੰਮੀ ਨੇ ਡੈਡੀ ਨੇ ਸਿਸਟਰ ਨੇ ਸਾਡੇ ਘਰੇ 100 ਗੱਲਬਾਤ ਹੁੰਦੀ ਆ ਮੇਰੇ ਦਿਮਾਗ 'ਚ ਟੈਨਸ਼ਨ ਹੋਵੇ ਮੈਨੂੰ ਵੀ ਅੱਗੋਂ ਆ ਕੇ ਕੁਛ ਬੋਲਦੇ ਸੋ ਕਈ ਵਾਰ ਟੈਨਸ਼ਨ ਸਾਰੇ ਮੈਮ ਨੋਰਮਲ ਆ ਹੈ ਨਾ ਸਾਰਿਆਂ ਦੀ ਟੈਨਸ਼ਨਾਂ ਹੁੰਦੀਆਂ ਹੁਣ ਜਿਵੇਂ ਜੱਸੀ ਬਰੀ ਨੇ ਪਿੱਛੇ ਪੋਸਟ ਵੀ ਪਾਈ ਸੀ ਬਾਈ ਹੋਸਪਿਟਲ ਸੀਗਾ ਦੇਖੋ ਹੈ ਨਾ ਉਹ ਤੁਸੀਂ ਗੱਲ ਸੁਣੀ ਹੋਣੀ ਉਹ ਕਿੱਡੀ ਗਲਤ ਗੱਲ ਆ ਮੇਰੇ ਨਾਲ ਸੇਮ ਹੋਈ ਮੇਰੇ ਭਾਜੀ ਆ ਹੈ ਨਾ ਉਹਨਾਂ ਦਾ ਐਕਸੀਡੈਂਟ ਹੋਇਆ ਸਿਸਟਰ ਦੇ ਹਸਬੈਂਡ ਦਾ ਅਤੇ ਮੈਂ ਹੋਸਪਿਟਲ ਸੀਗਾ ਮੈਨੂੰ ਕੋਈ ਫੋਟੋ ਕਰਾ ਰਿਹਾ ਹੁਣ ਮੈਂ ਕਿਹੜੇ ਸਮਝਦੇ ਨਾ ਵੀ ਹਰ ਸਿੰਗਰ ਦਾ ਵੀ ਮੂਡ ਹੁੰਦਾ ਕਦੇ ਕੋਈ ਆਰਟਿਸਟ ਮੈਮ ਗਲਤ ਹੁੰਦਾ ਹੀ ਨਹੀਂ ਕੋਈ ਆਰਟਿਸਟ ਵਧੀਆ ਚੀਜ਼ ਬਣੀ ਆ ਰੱਬ ਨੇ ਵਧੀਆ ਚੀਜ਼ ਬਣਾਈ ਆਰਟਿਸਟ ਵਧੀਆ ਹੁੰਦੇ ਨੇ ਸਾਰੇ ਹਾਂ ਕਿਤੇ ਨਾ ਕਿਤੇ ਪਹੁੰਚਣ ਦਾ ਲਾਲਚ ਉਹਨਾਂ ਤੋਂ ਗਲਤ ਕੰਮ ਕਰਾ ਜਾਂਦਾ ਨਾਲ ਦੇ ਨਾਲ ਲੜ ਪੈਂਦੇ ਆ ਕਦੇ ਕੀ ਹੋ ਜਾਂਦਾ ਬਟ ਸਾਰੇ ਆਰਟਿਸਟ ਗੁੱਡ ਨੇ ਵਧੀਆ ਨੇ ਅੱਜ ਕੱਲ੍ਹ ਇਹ ਵੀ ਕਿਹਾ ਜਾਂਦਾ ਕਿ ਜਾਂ ਅਸੀਂ ਵੀ ਓਬਜ਼ਰਵ ਕਰਦੇ ਹਾਂ ਵੀ ਅੱਜ ਕੱਲ੍ਹ ਜਿਹੜਾ ਜਿਹੜਾ ਬੰਦਾ ਗਾਉਂਦਾ ਹੈ ਨਾ ਜਾਂ ਜਿਹੜਾ ਬੰਦਾ ਐਕਟ ਕਰਦਾ ਆ ਸਾਰੀ ਇਕੱਲੀ ਸਿੰਗਿੰਗ ਇੰਡਸਟਰੀ ਨਹੀਂ ਫਿਲਮ ਇੰਡਸਟਰੀ ਦੀ ਵੀ ਆਪਾਂ ਗੱਲ ਕਰਦੇ ਹਾਂ ਸੋ ਆਪਣੇ ਕੰਮ ਤੋਂ ਜ਼ਿਆਦਾ ਸ਼ੋਅ ਆਫ ਦੇ ਵਿੱਚ ਜ਼ਿਆਦਾ ਯਕੀਨ ਰੱਖਦੇ ਨੇ ਗਾਣਾ ਮੇਰਾ ਚੰਗਾ ਮੈਂ ਗਾ ਰਿਹਾ ਜਾਂ ਨਹੀਂ ਗਾ ਰਿਹਾ ਜਾਂ ਮੈਂ ਚੰਗੀ ਅਦਾਕਾਰੀ ਕਰ ਰਿਹਾ ਜਾਂ ਨਹੀਂ ਕਰ ਰਿਹਾ ਉਹ ਇੱਕ ਪਾਸੇ ਰਹਿ ਜਾਏ ਪਰ ਮੈਂ ਚੰਗਾ ਦੇਖ ਰਿਹਾ ਇਸ ਵੇਲੇ ਮੇਰੇ ਚੰਗੇ ਕੱਪੜੇ ਪਾਏ ਨੇਗੇ ਇਹ ਮੈਂਟੈਲਿਟੀ ਕਿਉਂ ਹੈ ਕਿਉਂਕਿ ਲੋਕਾਂ ਨੇ ਤਾਂ ਸਿਰਫ ਜਿਵੇਂ ਕਹਿੰਦੇ ਉਹਨਾਂ ਨੇ ਕੰਮ ਚੰਗਾ ਕਰੋਗੇ ਲੋਕ ਤੁਹਾਡੇ ਕੰਮ ਕਰਕੇ ਤੁਹਾਨੂੰ ਜਾਣਨਗੇ ਨਹੀਂ ਮੈਮ ਪਰ ਜਿਵੇਂ ਜਿਵੇਂ ਆਪਣਾ ਸਾਰਾ ਇਨਵਾਇਰਮੈਂਟ ਆਸੇ ਪਾਸੇ ਚੇਂਜ ਹੋ ਰਿਹਾ ਸੋ ਆਰਟਿਸਟ ਵੀ ਚੇਂਜ ਹੋਣਗੇ ਹੁਣ ਆਰਟਿਸਟ ਵੀ ਪੁਰਾਣੇ ਕੁੜਤਾ ਚਾਦਰਾ ਪਾ ਕੇ ਨਹੀਂ ਆਊਗਾ ਜਿਵੇਂ ਇਨਵਾਇਰਮੈਂਟ ਹੀ ਮੈਮ ਲਾਈਫ ਹੀ ਚੇਂਜ ਹੋ ਰਹੀ ਆ 2018 ਆ ਗਿਆ 2000 ਜੋ ਪਾਉਂਦੇ ਸੀ ਉਹ 2018 'ਚ ਕਿਉਂ ਪਾਵਾਂਗੇ ਆਪਾਂ ਬੰਦੇ ਦਾ ਵੀ ਜੀ ਕਰਦਾ ਮੈਂ ਨਵੇਂ ਕੱਪੜੇ ਪਾਵਾਂ ਕੀ ਚੀਜ਼ ਆਈ ਆ ਸੋ ਸ਼ੋਅ ਆਫ ਹੈਗਾ ਮੈਮ ਕਈਆਂ 'ਚ ਜ਼ਿਆਦਾ ਹੁੰਦਾ ਕਈਆਂ 'ਚ ਘੱਟ ਹੁੰਦਾ ਪਰ ਹੈਗਾ ਹਰ ਇੱਕ 'ਚ ਜੀ ਜਦੋਂ ਤੁਹਾਡੇ ਗਾਣਿਆਂ ਦੇ ਇੰਨਾ ਗੈਪ ਰਹਿੰਦਾ ਵਾ ਅਤੇ ਕਈ ਵਾਰੀ ਇਹ ਵੀ ਗੱਲਾਂ ਉੱਠਣ ਲੱਗ ਜਾਂਦੀਆਂ ਉਹ ਮਨਿੰਦਰ ਤਾਂ ਬਸ ਗਿਆ ਮਨਿੰਦਰ ਤਾਂ ਇੰਡਸਟਰੀ 'ਚੋਂ ਗਿਆ ਇਹ ਚੀਜ਼ਾਂ ਤੁਹਾਨੂੰ ਕਦੇ ਇਫੈਕਟ ਕਰਦੀਆਂ ਨੇ ਕਦੇ ਵੀ ਨਹੀਂ ਮੇਰੇ ਆਪਣੀ ਮੈਨੂੰ ਸੋਚਣੀ ਆ ਪਰ ਮੈਨੂੰ ਪਿੱਛੇ ਪਿੱਛੇ ਕਹਿੰਦੇ ਹੋਣਗੇ ਮੂੰਹ 'ਤੇ ਨਹੀਂ ਕਦੇ ਕਿਸੇ ਨੇ ਕਿਹਾ ਮੈਮ ਜਿੱਦਣ ਕਿਹਾ ਉੱਦਣ ਮੈਨੂੰ ਪਤਾ ਨਹੀਂ ਮੈਂ ਕੀ ਰਿਪਲਾਈ ਕਰੂੰਗਾ 5 ਸਾਲਾਂ ਦੀ ਉਮਰ ਤੋਂ ਲੈ ਕੇ ਹੁਣ ਤੱਕ ਹੈ ਨਾ ਕੋਈ ਇੱਦਾਂ ਦੀ ਕੋਈ ਸਾਡੇ ਨਾਲ ਇੰਸੀਡੈਂਟ ਅਗਰ ਤੁਸੀਂ ਸ਼ੇਅਰ ਕਰਨਾ ਹੋਵੇ ਭਾਵੇਂ ਪੋਜ਼ਿਟਿਵ ਹੋਵੇ ਭਾਵੇਂ ਨੈਗੇਟਿਵ ਹੋਵੇ ਪਰ ਉਹਨੇ ਤੁਹਾਨੂੰ ਲਾਈਫ 'ਚ ਅੱਗੇ ਵਧਣ ਲਈ ਹਮੇਸ਼ਾ ਇੰਸਪਾਇਰ ਕੀਤਾ ਹੋਵੇ ਜਿਵੇਂ ਕਈ ਕਹਿੰਦੇ ਹੁੰਦੇ ਨੇ ਕਿ ਜਦੋਂ ਕਿਸੇ ਨਾਲ ਕੋਈ ਪੋਜ਼ਿਟਿਵ ਮਤਲਬ ਇੰਸੀਡੈਂਟ ਹੁੰਦਾ ਤਾਂ ਉਹ ਓਬਵੀਅਸਲੀ ਤੁਹਾਨੂੰ ਅੱਗੇ ਲਈ ਹੈ ਨਾ ਇੰਸੀਡੈਂਟ ਉਹੀ ਸੀਗਾ ਮੈਮ ਜਦੋਂ ਗਰਲਫ੍ਰੈਂਡ ਨੂੰ ਛੱਡਿਆ ਗਾਣਾ ਬਣ ਗਿਆ ਸੀਗਾ ਪਹਿਲਾ ਗਾਣਾ ਉੱਥੋਂ ਚੱਲ ਗਿਆ ਮੈਂ ਰੋ ਰਿਹਾ ਸੀ ਮੈਂ ਦੱਸਿਆ ਹੋਇਆ ਵੀ ਇੰਟਰਵਿਊ ਮੈਂ ਕਈ ਇੰਟਰਵਿਊ ਦੱਸਦਾ ਸ਼ੈਰੀ ਬਾਈ ਗਿਟਾਰ ਵਜਾਉਂਦਾ ਵਜਾਉਂਦਾ ਅਤੇ ਮੈਂ ਰੋ ਰਿਹਾ ਸੀ ਉਹ ਗਾਣਾ ਲਿਖਿਆ ਮੇਰੇ ਲਈ ਉਹ ਬੈਸਟ ਇੰਸੀਡੈਂਟ ਆ ਜਿਹੜਾ ਵਧੀਆ ਨਾਮ ਦੇ ਗਿਆ ਭਾਜੀ ਜਾਂਦੇ ਜਾਂਦੇ ਇੱਕ ਆਖਰੀ ਸਵਾਲ ਉਸ ਤੋਂ ਬਾਅਦ ਇੱਕ ਗਾਣਾ ਵੀ ਆਪਾਂ ਤੁਹਾਡੇ ਤੋਂ ਜ਼ਰੂਰ ਸੁਣਾਂਗੇ ਵਿਆਹ ਵਾਲਾ ਹੈ ਨਾ ਕਿਸੇ ਯੂਟਿਊਬ ਦੇ ਉੱਪਰ ਤੁਹਾਡੀ ਕੋਈ ਇੰਟਰਵਿਊ ਚੱਲ ਰਹੀ ਸੀ ਉਹਦੇ ਵਿੱਚ ਤੁਸੀਂ ਆਪਣੀ ਉਮਰ ਦੇ ਸੀ ਅਤੇ ਥੱਲੇ ਕਿਸੇ ਮੁੰਡੇ ਨੇ ਰਿਪਲਾਈ ਕੀਤਾ ਹੋਇਆ ਸੀ ਵੀ ਬਾਈ ਇੰਨਾ ਤਾਂ ਨਹੀਂ ਲੱਗਦਾ ਕਾਗਜ਼ਾਂ 'ਚ ਹੋਏਗਾ ਪਰ ਲੱਗਦਾ ਤੂੰ ਥੋੜ੍ਹਾ ਵੱਡਾ ਮੈਂ ਚਾਹੂੰਗੀ ਕਿ ਆਪਣੀ ਤੁਸੀਂ ਸਹੀ ਉਮਰ ਦੱਸ ਦਿਓ ਇਸ ਮੇਰੀ ਉਮਰ 92 ਬੋਰਨ ਹੈ ਜੀ ਮੈਂ ਕਦੇ ਵੀ ਨਹੀਂ ਲੁਕੋਈ ਉਮਰ ਪਰ ਮੈਨੂੰ ਲੱਗਦਾ 7-8 ਸਾਲਾਂ ਬਾਅਦ ਲੁਕੋਣ ਲੱਗ ਜੂਗਾ ਅਜੇ ਤਾਂ ਮੈਂ 25-26 ਸਾਲ ਦਾ ਹੀ ਹਾਂ ਜੀ ਜੀ ਬਸ ਛੋਟੀ ਜਿਹੀ ਉਮਰ ਹੈ ਜੀ ਜੀ ਕਾਲੀ ਹਮਰ ਆ ਚੁੱਕਿਆ ਇਸ ਤੋਂ ਅੱਗੇ ਕਿ ਇਸ ਸਾਲ ਦੇ ਵਿੱਚ ਹੋਰ ਕੋਈ ਗਾਣਾ ਰਿਲੀਜ਼ ਕਰੋਗੇ ਹਾਂ ਜੀ ਜਾਨੀ ਨਾਲ ਆ ਰਹੇ ਨਹੀਂ ਹੁਣ ਮੈਂ ਹਰ 2-2.5 ਮਹੀਨੇ ਬਾਅਦ ਗਾਣੇ ਆਉਣੇ ਆ ਜੀ ਇਹ ਵੈਸੇ ਤੁਸੀਂ ਹਰ ਇੰਟਰਵਿਊ ਚ ਕਹਿੰਦੇ ਨਹੀਂ ਪਰ ਸੱਚੀ ਆਉਣੇ ਆ ਮੈਂ ਹੁਣ ਸੱਚੀ ਆਉਣੇ ਆ ਮੈਂ ਹਰ ਵਾਰ ਸੋਚਦਾ ਕਿ ਨਹੀਂ ਐਕਟ ਕਰੂੰਗਾ ਪਰ ਇਸ ਵਾਰ ਸੱਚੀ ਆਉਣੇ ਜੀ
ਸੋ ਹੋਪ ਕਿ ਆਹ 2018 ਦੇ ਵਿੱਚ ਮਨਿੰਦਰ ਬੁੱਟਰ ਦੇ ਜਿਹੜੇ ਫੈਨਸ ਨੇ ਉਹਨਾਂ ਨੂੰ ਹੋਰ ਬਹੁਤ ਸਾਰੇ ਗਾਣੇ ਸੁਣਨ ਨੂੰ ਮਿਲਣਗੇ। ਬਹੁਤ ਜ਼ਿਆਦਾ ਤਾਂ ਨਹੀਂ ਕਰਨਗੇ, ਇਹ ਮੈਂ ਗਰੰਟੀ ਲੈਂਦੀ ਹਾਂ। ਕਾਲੀ ਹਮਰ ਤੋਂ ਬਾਅਦ ਇਸ ਸਾਲ ਦੇ ਵਿੱਚ 2 ਜਾਂ 3 ਗਾਣੇ ਸਾਨੂੰ ਜ਼ਰੂਰ ਸੁਣਨ ਨੂੰ ਮਿਲਣਗੇ ਨੇ, ਅਤੇ ਸਾਡੇ ਸਰੋਤਿਆਂ ਦੀਆਂ ਸਾਡੀਆਂ ਦੁਆਵਾਂ ਹਮੇਸ਼ਾ ਤੁਹਾਡੇ ਨਾਲ ਨੇ। ਅਤੇ ਜਾਂਦੇ ਜਾਂਦੇ ਮੈਂ ਚਾਹੂੰਗੀ ਕਿ ਵਿਆਹ ਗਾਣਾ ਤੁਸੀਂ ਜ਼ਰੂਰ ਸੁਣਾ ਕੇ ਜਾਓ। ਓਕੇ। ਹਾਈਵੇ ਨੰਗੇ ਪੈਰੀ ਜਾਂਦੀ ਗੁਰੂ ਘਰ ਮੈਂ ਸਵੇਰੇ, ਹਾਈਵੇ ਸੁੱਖ ਦੀਆਂ ਸੁੱਖਾਂ ਮੱਥੇ ਟੇਕੇ ਵੀ ਬਥੇਰੇ। ਅੱਜ 7 ਸਾਲ ਹੋ ਗਏ ਆ ਪਿਆਰ ਨੂੰ, 7 ਸਾਲ ਹੋ ਗਏ ਆ ਪਿਆਰ ਨੂੰ, ਜਾਨ ਜਾਂਦੀ ਜਾਵੇ ਤੈਨੂੰ ਨੀ ਉਹ ਖੋਣਾ, ਬੇਬੇ ਮੰਨਦੀ ਨਾ ਮੇਰੀ ਸੁਣ ਸੋਹਣਿਆ, ਵੇ ਮੈਂ ਤੇਰੇ ਨਾਲ ਵਿਆਹ ਕਰਵਾਉਣਾ। ਯਾਰੀ ਬੜੀ ਸੌਖੀ ਤੁਰ ਗਈ ਤਾਂ ਉਦੋਂ ਬਣਿਆ ਸੀਗਾ ਨਾ ਜਦੋਂ ਅਗਲੀ ਛੱਡ ਕੇ ਗਈ ਗਿਆ, ਇਹ ਵੈਸੇ ਹੀ ਬਣ ਗਿਆ ਜਾਂ ਇਹਦੇ ਪਿੱਛੇ ਵੀ ਕੋਈ ਕਾਰਨ ਸੀ? ਨਹੀਂ, ਉਹ ਲਾਸਟ ਗਾਣਾ ਸੀ ਜਿਹੜਾ ਕਿਸੇ ਇਨਸੀਡੈਂਟ ਨੂੰ ਲੈ ਕੇ ਬਣਿਆ, ਫਿਰ ਸਾਰੇ ਵੈਸੇ ਹੀ ਬਣੇ ਨੇ। ਜੀ, ਬਹੁਤ ਮਿਹਰਬਾਨੀ ਕਿ ਤੁਸੀਂ ਸਾਡੇ ਲਈ ਟਾਈਮ ਕੱਢਿਆ ਅਤੇ ਸਾਡੇ ਦਰਸ਼ਕਾਂ ਦੇ ਰੂਬਰੂ ਹੋਏ, ਅਤੇ ਸਾਲ 2018 ਦੇ ਲਈ ਤੁਹਾਡੇ ਲਈ ਦੁਆਵਾਂ ਕਰਾਂਗੇ ਕਿ ਚੰਗਾ ਰਹੇ ਅਤੇ ਆਉਣ ਵਾਲਾ ਟਾਈਮ ਇੰਡਸਟਰੀ ਦੇ ਵਿੱਚ ਤੁਹਾਡੀ ਬਹੁਤ ਵਧੀਆ। ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ। ਦੋਸਤੋ, ਇਹ ਸਨ ਗਾਇਕ ਮਨਿੰਦਰ ਬੁੱਟਰ, ਨਵਾਂ ਗਾਣਾ ਉਹਨਾਂ ਦਾ ਕਾਲੀ ਹਮਰ ਤੁਸੀਂ ਸੁਣ ਰਹੇ ਹੋ ਇਸ ਵੇਲੇ, ਇੰਜੋਏ ਕਰ ਰਹੇ ਹੋ। ਉਮੀਦ ਹੈ ਕਿ 2018 ਦੇ ਵਿੱਚ ਵੀ ਹੋਰ ਪਿਛਲੇ ਗਾਣਿਆਂ ਦੇ ਵਾਂਗ ਹਮੇਸ਼ਾ ਚੰਗੇ ਚੰਗੇ ਗੀਤ, ਚੰਗੇ ਬੋਲਾਂ ਵਾਲੇ ਗੀਤ ਤੁਹਾਡੀ ਝੋਲੀ ਪਾਉਂਦੇ ਰਹਿਣਗੇ। ਬਾਕੀ ਨਿਊਜ਼ ਨੰਬਰ ਨੂੰ ਵੇਖਦੇ ਰਹੋ, ਗੁਰਦੀਪ ਗਰੇਵਾਲ ਨੂੰ ਦੇ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।